ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮੈਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਨਵੇਂ ਸਾਲ ਦੇ ਪਹਿਲੇ ਪ੍ਰੋਗਰਾਮ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ, ਅਤੇ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਹੈਪੀ ਨਿਊ ਈਅਰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਰ ਸਿਟੀ, 96.5 FM ਯੂਬਰ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ ਅਤੇ 104.5 FM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈੱਟਸ ਹੈਗੇ ਆ, ਤੁਸੀਂ ਸਾਡੇ ਸਾਈਡਮੈਂਡ ਵਾਲੇ ਰੇਡੀਓ ਸਟੇਸ਼ਨ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟੋਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਜਨਵਰੀ ਦੀ ਪਹਿਲੀ ਤਰੀਕ ਆ, ਅਤੇ ਬਰਾ ਜਿਹੜਾ ਆ ਉਹ 2020 ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ, ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500, 408-272-2500, ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ, ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ ਜੀ। ਅਤੇ ਅੱਜ ਦੀਆਂ ਕੁਛ ਖਬਰਾਂ ਵੱਲ ਆਈਏ, ਫਿਰ ਆਪਾਂ ਪੂਰੇ ਸਾਲ ਦਾ ਰੀਕੈਪ ਕਰਾਂਗੇ, ਅਤੇ ਨਾਲ ਦੀ ਨਾਲ ਕੈਲੀਫੋਰਨੀਆ 'ਚ ਨਵੇਂ ਲਾਅ ਬਣੇ ਆ, ਹੋਰ ਸਟੇਟਾਂ 'ਚ ਵੀ ਬਣੇ ਆ, ਹੋਰ ਜੇ ਕੋਈ ਆਪਣਾ ਜਿਹੜਾ ਸਰੋਤਾ ਹੈ ਉਹ ਨਵੇਂ ਸਾਲ ਦੀਆਂ ਵਧਾਈਆਂ ਵੀ ਦੇਣਾ ਚਾਹੁੰਦਾ, ਉਹ ਵੀ ਤੁਸੀਂ ਜਿਹੜੇ ਆ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ ਵਿੱਚ 408-272-5500 'ਤੇ। ਸੋ ਪਹਿਲੀ ਖਬਰ ਵੱਲ ਆਈਏ, ਜਿਹੜੀ ਬਗਦਾਦ ਤੋਂ ਆ ਰਹੀ ਆ, ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਸੀ ਵੀ ਉੱਥੇ ਜਿਹੜੀ US ਦੀ ਐਮਬੈਸੀ ਆ ਉਸ ਨੂੰ ਜਿਹੜੇ ਪ੍ਰੋ ਇਰਾਨ ਮਿਲਸ਼ੀਆਮੈਨ ਆ ਉਹਨਾਂ ਨੇ ਜਿਹੜਾ ਆ ਇੱਕ ਤਰ੍ਹਾਂ ਨਾਲ ਘੇਰਿਆ ਹੋਇਆ ਸੀ। ਉਸ ਤੋਂ ਬਾਅਦ ਜਿਹੜਾ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਹੋਰ ਜਿਹੜੇ 100 ਦੇ ਕਰੀਬ ਜਿਹੜੇ ਟਰੂਪਸ ਹੈਗੇ ਆ ਉਹਨਾਂ ਨੂੰ ਜਿਹੜੇ ਹੈਲੀਕਾਪਟਰਸ ਦੇ ਨਾਲ ਉੱਥੇ ਭੇਜ ਦਿੱਤਾ, ਅਤੇ ਕਹਿੰਦੇ ਵੀ ਬੁਲੇਟਸ ਵਗੈਰਾ ਵੀ ਜਿਹੜੀਆਂ ਉਹਨਾਂ ਨੇ ਜਿਹੜੀਆਂ ਚਲਾਈਆਂ, ਅਤੇ ਪਰ ਹੁਣ ਜਿਹੜਾ ਆ ਉੱਥੋਂ ਜਿਹੜਾ ਘੇਰਾ ਪਾਇਆ ਹੋਇਆ ਸੀ ਉਹ ਉਹਨਾਂ ਨੇ ਪਿੱਛੇ ਕਰ ਲਿਆ ਹੈਗਾ ਜੀ। ਬਿਲਕੁਲ, ਨੌਰਥ ਕੈਰੋਲੀਨਾ ਤੋਂ ਵੀ ਜਿਹੜਾ ਉੱਥੋਂ ਵੀ ਜਿਹੜੇ ਮਰੀਨਸ ਆ ਉਹ ਤਿਆਰ ਬਰ ਤਿਆਰ ਨੇ, ਕਹਿੰਦੇ ਵੀ ਉੱਥੋਂ ਵੀ ਜਾਣ ਦੇ ਲਈ ਰੈਡੀ ਹਮੇਸ਼ਾ ਉਹ ਰਹਿੰਦੇ ਨੇ। ਉੱਥੇ ਦੀ ਜਿਹੜੀ ਖਾਸੀਅਤ ਇਹੀ ਆ, ਜਿਹੜੇ ਉੱਥੇ ਦਾ ਬੇਸ ਆ ਵੀ ਉਹ ਹਮੇਸ਼ਾ ਰੈਡੀ ਰਹਿੰਦੇ ਨੇ, ਅਤੇ ਕਹਿੰਦੇ ਜਲਦ ਉੱਥੋਂ ਵੀ ਜਿਹੜੇ ਆ ਉਹ ਜਾ ਸਕਦੇ ਨੇ। ਅਤੇ ਅਜੇ ਇਹ ਨਹੀਂ ਦੱਸਿਆ ਗਿਆ ਵੀ ਇੱਧਰੋਂ ਕਿੰਨੇ ਜਿਹੜੇ ਉਹ ਜਾਣਗੇ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਜਿਹੜਾ ਬਗਦਾਦ ਦੇ ਵਿੱਚ ਵਾਪਰਿਆ ਇਸ ਨੂੰ ਅਸੀਂ ਬਨਗਾਜ਼ੀ ਜਿਹੜਾ ਆ ਉਹ ਨਹੀਂ ਬਣ ਦੇਵਾਂਗੇ। ਬਨਗਾਜ਼ੀ ਦੇ ਵਿੱਚ ਸਭ ਨੂੰ ਦੱਸਦੇ ਜਾਈਏ ਉਸ ਟਾਈਮ ਦੇ ਉੱਤੇ ਸੈਕਰੇਟਰੀ ਆਫ ਸਟੇਟ ਹੈਲਰੀ ਕਲਿੰਟਨ ਸੀ, ਅਤੇ ਉਹਨਾਂ ਦੀ ਕਹਿ ਲਓ ਵੀ ਪੂਰੀ ਨਿਗਰਾਨੀ ਦੇ ਹੇਠ ਉੱਥੇ ਦਾ ਜਿਹੜਾ ਅੰਬੈਸਡਰ ਸੀਗਾ ਬਨਗਾਜ਼ੀ ਦੇ ਵਿੱਚ ਉਸ ਦੀ ਜਿਹੜੀ ਮੌਤ ਹੋ ਗਈ। ਉਦੋਂ ਵੀ ਇਸੇ ਤਰੀਕੇ ਦੇ ਨਾਲ ਪ੍ਰੋਟੈਸਟਰਸ ਨੇ ਅਮਰੀਕਾ ਦੀ ਅੰਬੈਸੀ ਦੇ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਸੀ, ਉਸ ਨੂੰ ਇੱਕ ਹਿਸਾਬ ਦੇ ਨਾਲ ਸੀਜ਼ ਦੇ ਵਿੱਚ ਲੈ ਲਿਆ ਸੀਗਾ। ਇਰਾਨ ਦੇ ਵਿੱਚ ਵੀ ਹਰਜੋਤ ਸਿੰਘ ਜੀ ਕਈ ਵਰੇ ਪਹਿਲਾਂ, ਕਈ ਦਹਾਕੇ ਪਹਿਲਾਂ ਜਿਹੜਾ ਆ ਇੱਦਾਂ ਦੀ ਹੀ ਘਟਨਾ ਜਿਹੜੀ ਉਹ ਵਾਪਰੀ ਸੀਗੀ। ਉਦੋਂ ਫਿਰ ਕਈ ਦਿਨਾਂ ਤੱਕ, ਕਈ ਮਹੀਨਿਆਂ ਤੱਕ ਜਿਹੜੇ ਅਮਰੀਕੀ ਜਿਹੜੇ ਡਿਪਲੋਮੈਟ ਸੀ ਉਹ ਲੁਕ ਛਿਪ ਕੇ ਉੱਥੇ ਜਿਹੜੇ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਬੜੇ ਇੱਕ ਨਾਟਕੀ ਫਿਲਮੀ ਢੰਗ ਦੇ ਨਾਲ ਉੱਥੋਂ ਕੱਢ ਕੇ ਜਿਹੜਾ ਉਹ ਲਿਆਂਦਾ ਗਿਆ ਸੀਗਾ ਜੀ। ਸੋ ਹੋਪਫੁਲੀ ਇਹ ਜਿਹੜੀ ਗੱਲ ਬਹੁਤੀ ਜ਼ਿਆਦਾ ਐਸਕਲੇਟ ਜਿਹੜੀ ਉਹ ਨਾ ਹੋਵੇ, ਅਦਰਵਾਈਜ਼ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਮਾੜੀ ਜਿਹੜੀ ਓਵਰਆਲ ਸਾਰੇ ਜਿਹੜੇ ਆ ਉੱਥੇ ਵਾਸਤੇ ਹੋ ਸਕਦੀ ਆ। ਅਤੇ ਹੁਣ ਜਿਹੜੀ ਕਹਿੰਦੇ ਵੀ ਫੌਜੀ ਕਾਰਵਾਈ ਜਿਹੜੀ ਥੋੜ੍ਹੀ ਬਹੁਤੀ ਜਿਹੜੀ ਚੇਤਾਵਨੀ ਆ, ਅਤੇ ਜਿਹੜੀ ਉੱਥੋਂ ਦੀ ਫੌਜ ਨੇ ਵੀ ਜਿਹੜੀ ਉਹਨਾਂ ਦੀ ਹੁਣ ਮਦਦ ਕੀਤੀ, ਉਸ 'ਤੇ ਕਰਕੇ ਜਿਹੜੇ ਪ੍ਰੋਟੈਸਟਰਸ ਆ ਉਹ ਉੱਥੋਂ ਹੌਲੀ ਹੌਲੀ ਜਿਹੜੇ ਖਦੇੜੇ ਜਾ ਰਹੇ ਨੇ ਜੀ। ਬਿਲਕੁਲ, ਅਗਲੀ ਜਿਹੜੀ ਗੱਲ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ। ਇੰਪੀਚਮੈਂਟ ਮਾਮਲੇ ਦੇ ਵਿੱਚ ਜਿਹੜੀ ਇੱਕ ਰਿਪਬਲਿਕਨ ਸੈਨੇਟਰ ਸੂਜ਼ਨ ਕੋਲਿਨਸ ਆ ਉਹਨਾਂ ਨੇ ਜਿਹੜਾ ਆ ਉਹ ਡੈਮੋਕ੍ਰੇਟਸ ਦੇ ਨਾਲ ਨਾਲ ਜਿਹੜੇ ਰਿਪਬਲਿਕਨਸ ਦੋਨਾਂ ਨੂੰ ਹੀ ਜਿਹੜਾ ਕ੍ਰਿਟੀਸਾਈਜ਼ ਜਿਹੜਾ ਉਹ ਕੀਤਾ ਆ, ਅਤੇ GOP ਦੇ ਜਿਹੜੇ ਮੈਜੋਰਟੀ ਲੀਡਰ ਮਿਚ ਮਕੋਨਲ ਆ ਉਹਨਾਂ ਨੂੰ ਉਹਨਾਂ ਨੇ
ਇਸ ਕਰਕੇ ਕ੍ਰਿਟੀਸਾਈਜ਼ ਕੀਤਾ ਵੀ ਕਹਿੰਦੇ ਵੀ ਤੁਸੀਂ ਪਹਿਲਾਂ ਹੀ ਆਪਣੀਆਂ ਜਿਹੜੀਆਂ ਵੋਟਸ ਆ ਉਹ ਕੇਸ ਟ੍ਰਾਇਲ ਹੋਣ ਤੋਂ ਪਹਿਲਾਂ ਆ ਉਹ ਤੁਸੀਂ ਜਿਹੜੀਆਂ ਸੋਚ ਕੇ ਬੈਠੇ ਹੋ ਵੀ ਕੇਸ ਪਾਸੇ ਵੱਲ ਨੂੰ ਬਣਾਉਣੀਆਂ ਆ, ਕੇਸ ਪਾਸੇ ਪਾਸੇ ਨੂੰ ਜਿਹੜੀਆਂ ਉਹਨਾਂ ਨੇ ਪਾਉਣੀਆਂ। ਕਹਿੰਦੇ ਵੀ ਇਹ ਇਨਅਪਰੋਪਰੀਏਟ ਆ। ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਸਮਝ ਦੇ ਮੁਤਾਬਕ ਵੀ ਸੈਨੇਟਰ ਜਿਹੜੇ ਦੋਨਾਂ ਹੀ ਸਾਈਡ ਦੇ ਹੈਗੇ ਆ, ਜੇ ਉਹ ਪਹਿਲਾਂ ਹੀ ਪ੍ਰੀ ਚਾਰਜ ਕਰਕੇ ਰੱਖਣਗੇ ਤਾਂ ਫਿਰ ਇਸ ਟ੍ਰਾਇਲ ਦਾ ਜਿਹੜਾ ਆ ਕਿਸੇ ਵੀ ਟ੍ਰਾਇਲ ਦਾ ਕਹਿੰਦੇ ਆ ਵੀ ਕੋਈ ਮਤਲਬ ਜਿਹੜਾ ਉਹ ਨਹੀਂ ਰਹਿ ਜਾਂਦਾ। ਉਹਨਾਂ ਨੇ GOP ਦੇ ਸੈਨੇਟਰਸ ਅਤੇ ਡੈਮੋਕ੍ਰੇਟ ਦੇ ਸੈਨੇਟਰਸ ਆ ਦੋਨਾਂ ਨੂੰ ਹੀ ਇਸ ਚੀਜ਼ ਦੇ ਉੱਤੇ ਤਾੜਨਾ ਜਿਹੜੀ ਆ ਉਹ ਪਾਈ ਆ। ਜੀ ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਹੁਣ ਸੈਨੇਟ ਆ ਦੁਆਰਾ ਕੀ ਹੁਣ ਨਵੇਂ ਸਾਲ ਦੇ ਵਿੱਚ ਆਏਗੀ ਅਤੇ ਕਹਿੰਦੇ ਵੀ ਉਹਨਾਂ ਦੀ ਜਿਹੜੀ ਪਹਿਲੀ ਪ੍ਰਾਇਓਰਟੀ ਉਹ ਹੀ ਆ ਵੀ ਜਿਹੜੀ US ਮੈਕਸੀਕੋ ਕੈਨੇਡਾ ਦਾ ਐਗਰੀਮੈਂਟ ਹੋਇਆ ਉਹਨੂੰ ਫਾਈਨਲਾਈਜ਼ ਕਰਨ ਨੂੰ, ਕਿਉਂਕਿ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੇ ਕਾਂਗਰਸ ਦੇ ਵਿੱਚ ਆਲਰੇਡੀ ਮਜੋਰਟੀ ਦੇ ਨਾਲ ਜਿਹੜਾ ਉਹ ਅਪਰੂਵ ਹੋ ਗਿਆ ਸੀ, ਕਿਉਂਕਿ ਉਹਦੇ ਵਿੱਚ ਕੁਛ ਕੁ ਜਿਹੜੇ ਆ ਲੇਬਰ ਸਟੈਂਡਰਡਸ ਜਿਹੜੇ ਆ ਉਹ ਦੋਨਾਂ ਮੁਲਕਾਂ ਦੇ ਵਿੱਚ ਤਿੰਨਾਂ ਦੇ ਵਿੱਚ ਰੱਖੇ ਗਏ ਸੀ, ਖਾਸ ਕਰਕੇ ਮੈਕਸੀਕੋ ਤੋਂ ਭਈ ਜਿਹੜੇ ਲੋਕ ਜੋਬਸ ਕਰਦੇ ਆ ਉਹਨਾਂ ਦੀ ਜਿਹੜੀ ਆ ਸਟੈਂਡਰਡ ਜਿਹੜਾ ਲੇਬਰ ਦਾ ਸੇਫਟੀ ਦਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ, ਵਧਾਇਆ ਜਾਵੇ। ਜੀ ਜੀ ਸੋ ਇਸ ਦੇ ਉੱਤੇ ਜਿਹੜੇ GOP ਦੇ ਵੀ ਜਿਹੜੇ ਸੀਗੇ ਉੱਥੇ ਰਿਪ੍ਰਜੈਂਟੇਟਿਵ ਉਹਨਾਂ ਨੇ ਵੀ ਉਸ ਦੇ ਵਿੱਚ ਸਾਥ ਦਿੱਤਾ ਸੀਗਾ। ਅਗਲੀ ਜਿਹੜੀ ਰਾਸ਼ਟਰਪਤੀ ਜਿਹੜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਨੇ ਨੌਰਥ ਕੋਰੀਆ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੁਣ ਗੱਲਬਾਤ ਚਲਾ ਕੇ ਰੱਖੀ ਹੋਈ ਆ, ਚਿੱਠੀਆਂ ਦਾ ਵੀ ਆਦਾਨ ਪ੍ਰਦਾਨ ਜਿਹੜਾ ਆਪਸ ਦੇ ਵਿੱਚ ਕਿਮ ਜੋਂਗ ਉਨ ਅਤੇ ਰਾਸ਼ਟਰਪਤੀ ਟਰੰਪ ਦੇ ਦਰਮਿਆਨ ਹੋ ਰਿਹਾ ਆ। ਨਵੇਂ ਸਾਲ ਦੇ ਉੱਤੇ ਨੌਰਥ ਕੋਰੀਆ ਦਾ ਜਿਹੜਾ ਸ਼ਾਸਕ ਆ ਲੀਡਰ ਆ ਉਹ ਹਮੇਸ਼ਾ ਜਿਹੜਾ ਆ ਕੁਛ ਨਾ ਕੁਛ ਸੰਬੋਧਨ ਕਰਦਾ ਹੁੰਦਾ ਹੈ ਅਤੇ ਇਸ ਵਾਰ ਵੀ ਕਿਮ ਜੋਂਗ ਉਨ ਨੇ ਸੰਬੋਧਨ ਕੀਤਾ ਹੈ ਅਤੇ ਉਸ ਨੇ ਕਿਹਾ ਵੀ ਜਿਹੜੀ ਪਿਛਲੇ ਸਾਲਾਂ ਤੋਂ ਵਾਰਤਾਲਾਪ ਗੱਲਬਾਤ ਜਿਹੜੀ ਆ ਚੱਲ ਰਹੀ ਆ ਅਮਰੀਕਾ ਦੇ ਨਾਲ ਉਹ ਬੇਸਿੱਟਾ ਬੇਨਤੀਜਾ ਜਿਹੜੀ ਇੱਕ ਹਿਸਾਬ ਦੇ ਨਾਲ ਨਿਕਲੀ ਆ। ਉਹ ਕਹਿੰਦੇ ਵੀ ਅਮਰੀਕਾ ਵਾਲੇ ਸਿਰਫ ਸਾਡੇ ਉੱਤੇ ਪ੍ਰੈਸ਼ਰ ਜਿਹੜਾ ਉਹ ਪਾ ਰਹੇ ਆ ਵੀ ਤੁਸੀਂ ਆਹ ਕਰ ਲਓ ਉਹ ਕਰ ਲਓ, ਪਰ ਉਹਨਾਂ ਨੇ ਸਾਡੀ ਇੱਕ ਵੀ ਗੱਲ ਜਿਹੜੀ ਉਹ ਨਹੀਂ ਮੰਨੀ ਅਤੇ ਉਹਨਾਂ ਨੇ ਕਿਹਾ ਵੀ ਹੁਣ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਹੁਤੀ ਨੈਗੋਸੀਏਸ਼ਨ ਅਮਰੀਕਾ ਦੇ ਨਾਲ ਨਾ ਹੋਵੇ। ਅਤੇ ਇਸ ਤੋਂ ਇਸ ਦੇ ਨਾਲ ਨਾਲ ਉਸਨੇ ਜਿਹੜੀ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਧਮਾਕੇਦਾਰ ਜਿਹੜਾ ਐਕਸ਼ਨ ਆ ਉਹ ਇੱਕ ਜਿਹੜਾ ਉਹ ਕਰਨ ਜਾ ਰਹੇ ਆ ਅਤੇ ਇੱਕ ਨਵੀਂ ਬਣਾਈ ਜਿਹੜੀ ਵੈਪਨ ਸਟ੍ਰੈਟਜਿਕ ਵੈਪਨ ਆ ਉਸ ਦਾ ਜਲਦ ਹੀ ਉਹ ਟੈਸਟ ਅਤੇ ਦੁਨੀਆ ਦੇ ਸਾਹਮਣੇ ਜਿਹੜਾ ਉਸਨੂੰ ਉਹ ਰੱਖਣਗੇ। ਜਦੋਂ ਤੋਂ ਵੈਸੇ ਇੱਕ ਚੀਜ਼ ਪੂਰੀ ਗੱਲਬਾਤ ਦੇ ਵਿੱਚੋਂ ਇਹ ਨਿਕਲੀ ਆ ਵੀ ਜਦੋਂ ਤੋਂ ਰਾਸ਼ਟਰਪਤੀ ਟਰੰਪ ਦੇ ਨਾਲ ਗੱਲਬਾਤ ਹੋਈ ਹੈ ਕਿਮ ਜੋਂਗ ਉਨ ਦੀ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਲੰਬੀ ਦੂਰੀ ਦੀਆਂ ਜਿਹੜੀਆਂ ਮਿਜ਼ਾਈਲਾਂ ਆ ਉਹ ਟੈਸਟ ਜਿਹੜੀਆਂ ਉਹ ਨਹੀਂ ਕੀਤੀਆਂ। ਪਰ ਹੁਣ ਉਸਨੇ ਕਿਹਾ ਵੀ ਮੈਂ ਇਸ ਜਿਹੜੀ ਪੱਖ ਤੋਂ ਜਿਹੜਾ ਪਿੱਛੇ ਹਟ ਰਿਹਾ ਹਾਂ ਅਤੇ ਕਿਉਂਕਿ ਅਸੀਂ ਇਕੱਲੇ ਹੀ ਜਿਹੜਾ ਇਹ ਸਾਰਾ ਕੁਛ ਕਰ ਰਹੇ ਸੀ, ਦੂਜੇ ਪਾਸੋਂ ਸਾਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਸਪੋਰਟ ਨਹੀਂ ਸੀਗੀ, ਕੋਈ ਵੀ ਜਿਹੜੀਆਂ ਸੈਂਕਸ਼ਨਸ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਕੋਈ ਕਮੀ ਜਿਹੜੀ ਉਹ ਨਹੀਂ ਦਿਖਾਈ ਗਈ, ਇਸ ਕਰਕੇ ਉਸ ਤੋਂ ਅਸੀਂ ਹੁਣ ਪਿੱਛੇ ਹਟ ਕੇ ਅਤੇ ਇਹ ਨਵੇਂ ਜਿਹੜੇ ਟੈਸਟ ਆ ਉਹ ਕਰਾਂਗੇ। ਵਾਈਟ ਹਾਊਸ ਜਾਂ ਪੈਂਟਾਗਨ ਨੇ ਇਸ ਦੇ ਉੱਤੇ ਅਜੇ ਹਾਲ ਦੀ ਘੜੀ ਕਿਸੇ ਵੀ ਤਰੀਕੇ ਦੀ ਟਿੱਪਣੀ ਜਾਂ ਬਿਆਨ ਜਿਹੜਾ ਆ ਉਹ ਨਹੀਂ ਦਿੱਤਾ। ਬੀਤੇ ਦਿਨਾਂ ਦੇ ਵਿੱਚ ਵੀ ਕ੍ਰਿਸਮਸ ਦੇ ਉੱਤੇ ਕਿਮ ਜੋਂਗ ਉਨ ਨੇ ਆਖਿਆ ਸੀਗਾ ਵੀ ਕ੍ਰਿਸਮਸ ਗਿਫਟ ਜਿਹੜਾ ਆ ਅਸੀਂ ਅਮਰੀਕਾ ਨੂੰ ਜਿਹੜਾ ਜਲਦ ਹੀ ਦੇਣ ਵਾਲੇ ਹਾਂ। ਉਸ ਤੋਂ ਲੈ ਕੇ ਹੁਣ ਤੱਕ ਅਜੇ ਤੱਕ ਕੋਈ ਟੈਸਟ ਵਗੈਰਾ ਤਾਂ ਇਹਨੇ ਨਹੀਂ ਕੀਤਾ, ਪਰ ਇੱਕ ਹੁਣ ਇਹਨੇ ਨਵੀਂ ਧਮਕੀ ਆਪਣੇ ਇਸ ਸਾਲਾਨਾ ਸੰਬੋਧਨ ਦੇ ਵਿੱਚ ਕਰ ਦਿੱਤੀ ਆ। ਜੀ ਅਗਲੀ ਖਬਰ ਵਿੱਚ ਆਈਏ ਅਤੇ ਜਿਹੜੀ ਆ ਅੱਜ ਜਿਹੜੀ ਰੋਜ਼ ਪਰੇਡ ਵੀ ਹੋਣੀ ਹੈਗੀ ਆ, ਇਹ 130 ਸਾਲ ਹੋ ਗਏ ਨਿਊਯਾਰਕ ਦੇ ਵਿੱਚ ਜਿਹੜੀ ਇਹ ਰੋਜ਼ ਪਰੇਡ ਹੁੰਦੀ ਨੂੰ, ਅਤੇ ਇਹ ਪੈਸਾਡੀਨਾ 'ਚ ਕੈਲੀਫੋਰਨੀਆ 'ਚ ਵੀ ਹੋਣੀ ਹੈਗੀ ਆ ਅਤੇ ਇਹਦੇ ਵਿੱਚ ਜਿਹੜੇ ਸਿੱਖ ਆ ਉਹ ਹਮੇਸ਼ਾ ਹੀ ਜਿਹੜੇ ਆ ਪਾਰਟੀਸਪੇਟ ਕਰਦੇ ਹੈਗੇ ਆ। ਸੋ ਸਿੱਖਾਂ ਦਾ ਵੀ ਇੱਕ ਜਿਹੜਾ ਫਲੋਟ ਆ ਇਹਦੇ ਵਿੱਚ ਲਾਇਆ ਜਾਊਗਾ। ਹੋਰ ਵੀ ਬੜੀਆਂ ਕੰਪਨੀਆਂ ਜਿਹੜੀਆਂ ਐਮਾਜ਼ੋਨ, ਚਿਪੋਟਲੇ, ਟ੍ਰੇਡਰ ਜੋਜ਼ ਇਹ ਜਿਹੜੇ ਸਾਰੇ ਇਹ ਪਾਰਟੀਸਪੈਂਟ ਇਸ ਪਰੇਡ ਦੇ ਵਿੱਚ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਇਲੋਨੋਇਸ ਦੇ ਜਿਹੜੇ ਗਵਰਨਰ ਹੈਗੇ ਨੇ JB ਪ੍ਰਿਟਸਕਰ, ਉਹਨਾਂ ਨੇ 11,000 ਤੋਂ ਵੱਧ ਜਿਹੜੇ ਲੋਕਾਂ ਨੂੰ ਮਾਫ਼ੀ ਜਿਹੜੀ ਆ ਪਾਰਡਨ ਜਿਹੜੀ ਉਹ ਦੇ ਦਿੱਤੀ ਆ, ਜਿਨ੍ਹਾਂ ਦੇ ਉੱਤੇ ਲੋਅ ਲੈਵਲ ਮੈਰਵਾਨਾ ਦੀਆਂ ਕਨਵਿਕਸ਼ਨਸ ਜਿਹੜੀਆਂ ਸੀਗੀਆਂ। ਇਹ ਇਲੋਨੋਇਸ ਦੇ ਵਿੱਚ ਅੱਜ ਤੋਂ ਇਹ ਵੀ ਇੱਕ ਨਵਾਂ ਕਾਨੂੰਨ ਜਿਹੜਾ ਉਹ ਲਾਗੂ ਜਿਹੜਾ ਹਰਜੋਤ ਸਿੰਘ ਜੀ ਹੋ ਗਿਆ ਵੀ ਉੱਥੇ ਵੀ ਜਿਹੜੀ ਮਰਵਾਨਾ ਆ ਉਹ ਹੁਣ ਰੀਕ੍ਰੀਏਸ਼ਨਲ ਤੌਰ ਦੇ ਉੱਤੇ ਲੀਗਲ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਸੋ ਆਈ ਥਿੰਕ ਉਸੇ ਦੇ ਤਹਿਤ ਜਿਹੜੇ ਉੱਥੋਂ ਦੇ ਗਵਰਨਰ ਆ ਉਹਨਾਂ ਨੇ ਇਹ ਇੱਕ ਵੱਡਾ ਫੈਸਲਾ ਜਿਹੜਾ ਉਹ ਲਿਆ ਆ ਵੀ 11,000 ਜਿਹੜੇ ਲੋਕਾਂ ਨੂੰ ਪਾਰਡਨ ਕੀਤਾ ਹੈ ਜਿਨ੍ਹਾਂ ਦੀਆਂ ਮਰਵਾਨਾ ਦੇ ਨਾਲ ਸੰਬੰਧਿਤ ਕਾਫੀ ਲੋਅ ਲੈਵਲ ਕਨਵਿਕਸ਼ਨ ਜਿਹੜੀਆਂ ਸੀਗੀਆਂ। ਅਤੇ ਨਾਲ ਦੇ ਨਾਲ ਇਹ ਵੀ ਜਿਹੜੇ ਹੈਗਾ ਵੀ ਉਹਨਾਂ ਦੇ
ਜਿਹੜੇ ਇਹ ਹੈਗੇ ਨੇ, ਜੋ ਵੀ ਇਹਨਾਂ ਦੇ ਫੈਸਲੇ ਹੈਗੇ ਨੇ ਉਹਨਾਂ ਨੂੰ ਐਕਸਪੰਜ ਜਿਹੜਾ ਉਹ ਕੀਤਾ ਜਾਊਗਾ, ਉਹਨਾਂ ਦੇ ਰੈਕਰਡਸ ਨੂੰ ਐਕਸਪੰਜ ਵੀ ਜਿਹੜਾ ਉਹ ਕਰ ਦਿੱਤਾ ਜਾਵੇਗਾ। ਅਧਿਕਾਰਿਤ ਤੌਰ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ 1,16,000 ਕਨਵਿਕਸ਼ਨਸ ਜਿਹੜੀਆਂ ਹੈਗੀਆਂ ਨੇ, ਜਿਨ੍ਹਾਂ ਦੇ ਕੋਲ 30 ਗ੍ਰਾਮ ਜਾਂ ਉਸ ਤੋਂ ਘੱਟ ਜਿਹੜੀ ਮਰਵਾਨਾ ਜਿਹੜੀ ਉਹ ਫੜੀ ਗਈ ਸੀ, ਅਤੇ ਕਹਿੰਦੇ ਵੀ ਇਸ ਨਵੇਂ ਲਾਅ ਦੇ ਅਧੀਨ ਇਹ ਸਾਰੇ ਜਾਣੇ ਇਸ ਦੇ ਵਿੱਚ ਐਲੀਜੀਬਲ ਹੈਗੇ ਨੇ ਇਹਨਾਂ ਨੂੰ ਮਾਫ਼ੀ ਦੇ ਲਈ। ਵੈਸੇ ਦੇਖਿਆ ਜਾਵੇ ਵੀ ਇੰਨੇ ਹਜ਼ਾਰਾਂ ਲੋਕ ਜਿਹੜੇ ਲੋਅ ਲੈਵਲ ਕ੍ਰਾਈਮ ਦੇ ਲਈ ਰੱਖੇ ਗਏ ਆ, ਇਨ ਦੀ ਐਂਡ ਓਵਰਆਲ ਟੈਕਸਪੇਅਰ ਮਨੀ ਜਿਹੜੀ ਆ ਉਹ ਇਸ ਦੇ ਉੱਤੇ ਜਿਹੜੀ ਕਾਫ਼ੀ ਖਾਸੀ ਜਿਹੜੀ ਆ ਉਹ ਵੇਸਟ ਹੁੰਦੀ ਆ, ਅਤੇ ਖਾਸ ਕਰਕੇ ਜਿਹੜੀਆਂ ਫੋਰ ਪ੍ਰੋਫਿਟ ਪ੍ਰਿਜ਼ਨਸ ਹੈਗੀਆਂ ਆ ਉਹਨਾਂ ਨੂੰ ਚੰਗਾ ਮੁਨਾਫ਼ਾ ਜਿਹੜਾ ਹੁੰਦਾ ਆ, ਉਹਨਾਂ ਦੇ ਇਕਰਾਰ ਹੋਏ ਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੀ ਤੁਹਾਨੂੰ ਜਿਹੜੀ ਜੇਲ੍ਹ ਆ ਉਹ ਭਰ ਕੇ ਰੱਖਣੀ ਜਿਹੜੀ ਉਹ ਪੈਂਦੀ ਆ। ਸੋ ਉਹ ਵੀ ਇੱਕ ਵੱਡਾ ਕਾਰਨ ਹੈਗਾ ਆ ਵੀ ਜਿਹੜੇ ਖਾਸ ਕਰਕੇ ਮਾਈਨੋਰਟੀਜ਼ ਜਾਂ ਜਿਨ੍ਹਾਂ ਵਿੱਚ ਅਫਰੀਕਨ ਅਮੈਰੀਕਨ ਆ ਉਹ ਲੋਕ ਜਿਹੜੇ ਜ਼ਿਆਦਾ ਆ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਉਹ ਰਗੜ ਹੋ ਜਾਂਦੇ ਨੇ ਜੀ। ਅਗਲੀ ਖਬਰ ਵਿੱਚ ਚਲੀਏ, ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟਸ ਹੈਗੇ ਆ ਪੀਟ ਬਟੀਜੀਅਸ, ਉਹਨਾਂ ਨੇ $25 ਮਿਲੀਅਨ ਦੇ ਕਰੀਬ ਕਹਿੰਦੇ ਚੌਥੇ ਕੁਆਟਰ ਦੇ ਵਿੱਚ ਰੇਜ਼ ਕੀਤਾ ਹੈਗਾ ਆ। ਸੋ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਜੋ ਬਾਈਡਨ ਨੂੰ ਸ਼ਬਦੀ ਜੰਗ ਪੂਰਾ ਉਹਨਾਂ 'ਤੇ ਉਹਨਾਂ ਨੇ ਛੱਡਿਆ ਹੋਇਆ ਆ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜੋ ਬਾਈਡਨ ਨੇ ਇਰਾਕ ਵਾਰ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਪਲੱਸ ਉਹਨਾਂ ਨੂੰ ਜਿਹੜੀ ਆ ਯੂਕਰੇਨੀਅਨ ਗੈਸ ਕੰਪਨੀ ਦੇ ਵਿੱਚ ਉਹਨਾਂ ਦਾ ਜਿਹੜਾ ਲੜਕਾ ਹੈਗਾ ਆ ਉਹਦੀ ਪੁਜੀਸ਼ਨ ਬਾਰੇ ਡਿਸਕਸ ਕਰਨਾ ਚਾਹੀਦਾ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਬੀਤੇ ਦਿਨਾਂ ਦੇ ਵਿੱਚ ਇਹ ਜਿਹੜਾ ਫੈਸਲਾ ਲੈ ਲਿਆ ਸੀਗਾ ਵੀ ਇੱਕ ਤਾਂ ਤੰਬਾਕੂ ਰੀਟੇਲ ਦੇ ਵਿੱਚ ਜਿਹੜੀ ਵੇਚਣ ਦੀ ਉਮਰ ਆ ਉਹ 18 ਤੋਂ ਵਧਾ ਕੇ ਜਿਹੜੀ 21 ਕਰ ਦਿੱਤੀ ਹੈ, ਜਿਹਨੇ ਖਰੀਦਣਾ ਆ ਵੀ ਘੱਟੋ ਘੱਟ 21 ਸਾਲ ਦੀ ਉਮਰ ਦਾ ਜਿਹੜਾ ਉਹ ਹੋਵੇ, ਅਤੇ ਤਰੀਕ ਨਹੀਂ ਸੀ ਉਸ ਦੇ ਉੱਤੇ ਲਿਖੀ। ਸੋ ਜੇ ਤਰੀਕ ਨਹੀਂ ਲਿਖੀ ਹੁੰਦੀ ਤਾਂ ਇਹਦਾ ਮਤਲਬ ਇਹੀ ਹੁੰਦਾ ਵੀ ਤੁਰੰਤ ਜਿਹੜੀ ਉਹ ਲਾਗੂ ਨਾਲ ਦੇ ਨਾਲ ਜਿਹੜੀ ਉਹ ਹੋ ਜਾਂਦੀ ਹੈ, ਅਤੇ ਨਾਲ ਹੀ FDA ਕਹਿ ਰਿਹਾ ਵੀ ਉਹ ਤਕਰੀਬਨ ਸਾਰੀਆਂ ਜਿਹੜੀਆਂ ਈ ਸਿਗਰਟ ਦੇ ਜਿਹੜੇ ਫਲੇਵਰ ਆ ਉਹਨਾਂ ਨੂੰ ਬੈਨ ਕਰਨ ਜਾ ਰਹੇ ਆ, ਅਦਰ ਦੈਨ ਮੈਥਨੋਲ ਅਤੇ ਤੰਬਾਕੂ ਵਾਲੇ ਜਿਨ੍ਹਾਂ ਦੇ ਵਿੱਚ ਇਹ ਫਲੇਵਰ ਵਾਲੇ ਉਹਨਾਂ ਨੂੰ ਛੱਡ ਕੇ ਜਿੰਨੇ ਵੀ ਫਰੂਟੀ ਫਲੇਵਰਡ ਈ ਸਿਗਰਟਸ ਹੈਗੀਆਂ ਆ ਉਹਨਾਂ ਨੂੰ ਜਿਹੜਾ ਉਹ ਬੈਨ ਜਿਹੜਾ ਕਰਨ ਦੇ ਵੱਲ ਹੈਗੇ ਨੇ। ਇਹ ਦੱਸ ਜਾਈਏ ਵੀ ਜਿਹੜਾ ਵੇਪਿੰਗ ਜਿਊਲਿੰਗ ਇਹ ਇਸ ਦੇ ਕਰਕੇ ਕਾਫ਼ੀ ਲੋਕਾਂ ਨੂੰ ਜਿਹੜੀਆਂ ਵੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਪ੍ਰੋਬਲਮਸ ਆ ਉਹ ਆ ਰਹੀਆਂ ਨੇ, ਅਤੇ ਬਹੁਤ ਜ਼ਿਆਦਾ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਬਿਮਾਰੀਆਂ ਲੰਗ ਅਤੇ ਹੋਰ ਕਈ ਡਿਜ਼ੀਜ਼ ਜਿਹੜੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਮੌਤਾਂ ਵੀ ਆਲਰੇਡੀ ਇਸ ਦੇ ਨਾਲ ਸੰਬੰਧਿਤ ਹੋ ਚੁੱਕੀਆਂ ਹੋਈਆਂ ਨੇ। ਕੈਲੀਫੋਰਨੀਆ, ਓਰੇਗਨ, ਮਿਨੇਸੋਟਾ, ਇਲਨੋਇਸ, ਇੰਡੀਆਨਾ, ਹੋਰ ਕਈ ਸੂਬਿਆਂ ਦੇ ਵਿੱਚ ਇਹ ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ, ਅਤੇ ਇਲਨੈਸ ਤਕਰੀਬਨ ਸ਼ਾਇਦ ਕੋਈ ਵੀ ਜਿਹੜਾ ਸੂਬਾ ਅਮਰੀਕਾ ਦਾ ਜਿਹੜਾ ਬਚਿਆ ਨਹੀਂ ਜਿਸ ਦੇ ਵਿੱਚ ਵੇਪਿੰਗ ਦੇ ਕਰਕੇ ਈ ਸਿਗਰਟਸ ਦੇ ਕਰਕੇ ਜਿਹੜੀ ਆ ਕੋਈ ਲੋਕ ਜਿਹੜੇ ਬਿਮਾਰ ਜਿਹੜੇ ਉਹ ਨਾ ਹੋਣ। ਹੁਣ ਤੱਕ ਕੁੱਲ 52 ਵੇਪਿੰਗ ਦੇ ਨਾਲ ਸੰਬੰਧਿਤ ਮੌਤਾਂ ਜਿਹੜੀਆਂ ਹੋ ਚੁੱਕੀਆਂ। ਸੋ ਇਸ ਦੇ ਤਹਿਤ FDA ਅਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਦਰਮਿਆਨ ਸਮਝੌਤੇ ਦੇ ਵਿੱਚ ਇਹ ਹੁਣ ਫੈਸਲਾ ਲਿਆ ਗਿਆ ਆ ਵੀ ਈ ਸਿਗਰਟਸ ਦੇ ਜਿਹੜੇ ਫਰੂਟੀ ਫਲੇਵਰਸ ਆ ਉਹਨਾਂ ਨੂੰ ਜਿਹੜਾ ਉਹ ਬੈਨ ਕੀਤਾ ਜਾ ਸਕਦਾ ਆ, ਅਤੇ ਆਈ ਥਿੰਕ ਮੈਥਨੋਲ ਅਤੇ ਤੰਬਾਕੂ ਦੇ ਫਲੇਵਰ ਨੂੰ ਛੱਡ ਕੇ ਇਹ ਸਾਰੇ ਜਿਹੜੇ ਉਹ ਬੈਨ ਹੋਣਗੇ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਜਿਹੜਾ ਡੈਥ ਟੋਲ ਹੈਗਾ ਆ ਮੌਤਾਂ ਦੀ ਗਿਣਤੀ ਉਹ ਵੱਧਦੀ ਜਾ ਰਹੀ ਆ, ਖਾਸ ਕਰਕੇ ਜਿਹੜੀ ਆ ਉੱਥੇ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗੀ ਹੋਈ ਹੈਗੀ ਆ। ਲੋਕ ਜਿਹੜੇ ਆ ਮੈਲਾਕੂਟਾ ਵਿਕਟੋਰੀਆ ਦੇ ਵਿੱਚ ਜਿਹੜਾ ਇੱਕ ਬੀਚ ਆ ਉੱਥੇ ਆਪਣਾ ਜਿਹੜਾ ਰਿਫਿਊਜ ਲਈ ਬੈਠੇ ਹੈਗੇ ਆ। ਇਹ 500 ਕਿਲੋਮੀਟਰ ਯਾਨੀ ਕਿ 310 ਮੀਲ ਈਸਟ ਆਫ ਮੈਲਬੋਰਨ ਹੈਗਾ ਆ। ਫਾਇਰ ਕਰੂ ਜਿਹੜੇ ਆ ਬਹੁਤ ਹੋਰ ਮੁਲਕਾਂ ਤੋਂ ਵੀ ਉਹਨਾਂ ਨੇ ਹੁਣ ਜੁਆਇਨ ਕਰਨਾ ਸ਼ੁਰੂ ਕਰ ਲਿਆ। ਆਸਟ੍ਰੇਲੀਆ ਦੀ ਡਿਫੈਂਸ ਫੋਰਸ ਜਿਹੜੀ ਆ ਪੂਰੀ ਤਰ੍ਹਾਂ ਮੋਬਿਲਾਈਜ਼ ਹੋਈ ਹੋਈ ਆ, ਪਰ ਹਜੇ ਵੀ ਜਿਹੜੀ ਆ ਅੱਗ ਕਹਿੰਦੇ ਇੰਨੀ ਭਿਆਨਕ ਆ ਉਹ ਕੰਟਰੋਲ ਨਹੀਂ ਹੋ ਰਹੀ। ਜੀ ਜੀ, ਅਤੇ ਨਾਲ ਹੀ ਆਪਾਂ ਆਪਣੇ ਸਰੋਤਾਂ ਨੂੰ ਕਹਿੰਦੇ ਵੀ ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਨਵੇਂ ਸਾਲ ਦੇ ਵਿੱਚ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408-272-5200, 408-272-5200। ਫੋਨ ਲਾਈਨਜ਼ ਇਸ ਟਾਈਮ ਜਿਹੜੀਆਂ ਓਪਨ ਨੇ, ਅਤੇ ਤੁਸੀਂ ਵੀ ਆਪਣੀ ਵਧਾਈ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ ਗੱਲ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਹੁਣ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਜੀ, ਅਤੇ ਹੁਣ ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਹੋਰ ਕੀ ਕੁਝ ਸਾਰਾ ਸਾਲ ਵਾਪਰਿਆ ਅਮੈਰੀਕਾ ਦੇ ਵਿੱਚ, ਅਤੇ ਪਲੱਸ ਕੈਲੀਫੋਰਨੀਆ ਦੇ ਵਿੱਚ ਬੜੇ ਨਵੇਂ ਲਾਭ ਬਣਨ ਜਾ ਰਹੇ ਆ, ਉਹ ਵੀ ਆਪਾਂ ਜਿਹੜੇ ਤੁਹਾਡੇ ਨਾਲ ਡਿਸਕਸ ਕਰਾਂਗੇ।
ਤੇ ਆਪਾਂ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਸਿਟੀ 1450 AM KAID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM BJ's Gear ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ, ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10-speed ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gear 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916-372-3518 916-372-3518 BJ's Gear ਵੈਸਟ ਸੈਕਰਾਮੈਂਟੋ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫੇਰ ਕਿਤੋਂ ਬਾਹਰੋਂ ਖਾਣਾ ਖਾ ਆਉਂਦੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫੇਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟ 7452 ਫੁੱਟ ਹਿੱਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 248-228-4580 248-228-4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ? ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਇਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ, ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਚੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ, ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ, ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ। ਚੀਨਾ ਜਵੈਲਰਸ ਤੋਂ ਤੁਸੀਂ ਵੀ ਅੱਜ ਹੀ ਆਓ। ਚੀਨਾ ਜਵੈਲਰਸ, 7454 ਟੋਕਟਨ ਬੁਲੇਵਰਡ, ਸੈਕਰਮੈਂਟੋ। ਫੋਨ ਨੰਬਰ 916-956-3094 9165630 94। ਭਾਗਵਾਨ ਨੇ, ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ, ਦਾ ਓਰਿਜਿਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove. Pizza baith ke bhi kha sakte ho ate take out bhi karwa sakte ho ate eh pizzas deliver bhi karde han, jitho le sakde ho har ik tarah da chicken pizza, desi style meat pizza, paneer pizza, veggie pizza te naan pizza. Is to ilawa bread sticks, wings, salad ate pasta bhi kha sakte ho ate eh khulle rehnde han 7 din svere 11 baje ton raat 10 baje tak. Vadhere jankari layi gal kar sakte ho 916-478-4444 916-478-4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। ਦਾ ਓਰਿਜਿਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਕ ਗ੍ਰੋਵ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM।
ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਜੀ ਆਇਆਂ ਨੂੰ ਹਰਜੋਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਅਤੇ ਸਾਡੇ ਬਹੁਤ ਸਾਰੇ ਬ੍ਰੇਕ ਤੋਂ ਬਾਅਦ ਜਿਹੜੇ ਫੇਸਬੁੱਕ ਦੇ ਉੱਤੇ ਜਿਹੜੇ ਸਾਡੇ ਫਰੈਂਡ ਆ, ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਆ, ਜੈਜ਼ ਸਿੱਧੂ ਜੀ, ਸਨੀ ਪੰਧੇਰ ਜੀ, ਹੈਪੀ ਨਿਊ ਈਅਰ, ਤੁਹਾਨੂੰ ਵੀ ਬਹੁਤ ਬਹੁਤ ਹੈਪੀ ਨਿਊ ਈਅਰ। ਅਮਰ ਸਿੰਘ ਵੀ ਹੈਪੀ ਨਿਊ ਈਅਰ ਕਹਿੰਦੇ ਹੈਗੇ ਆ, ਰਣਜੀਤ ਗਿੱਲ, ਗੁਰਦਾਸ ਸਿੰਘ, ਪਾਲ ਸੰਧੂ, ਬਲਵੀਰ ਸਿੰਘ, ਦਲਜੀਤ ਡੋਲ, ਅਮਨ ਕੌਰ, ਹੋਰ ਵੀ ਜਤਿੰਦਰ ਸਿੰਘ, ਵੀਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਅਮਨ ਕੌਰ, ਬਲਜਿੰਦਰ ਪਾਲ, ਅਤੇ ਤੁਹਾਡਾ ਕੁਐਸਚਨ ਆ ਜ਼ਰੂਰ, ਤੁਹਾਨੂੰ ਉਹਦੇ ਵਿੱਚ ਆਪਾਂ ਆਨਸਰ ਦੇਵਾਂਗੇ। ਜੀਤ ਹੱਲੂ ਵਾਲੀ ਆ ਜੀ, ਆਸਟਰੀਆ ਤੋਂ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ। ਨੈਬ ਸਿੱਧੂ ਜੀ, ਸਾਰੇ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ, ਤਾਰਾ ਸਿੰਘ ਮਰਾਹੜ, ਕੁਲਦੀਪ ਕੌਰ, ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਆਪਣੇ ਨਾਲ ਕਾਲਰ 'ਚ ਜਿਹੜੇ ਉਹ ਜੁੜ ਚੁੱਕੇ ਨੇ, ਅਤੇ ਆਪਾਂ ਉਹਨਾਂ ਦੇ ਨਾਲ ਵੀ ਕਾਲਸ ਆਪਾਂ ਲੈਂਦੇ ਹਾਂ, ਅਤੇ ਤੁਸੀਂ ਵੀ ਜੇ ਕਾਲ ਕਰਕੇ ਵਧਾਈ ਦੇਣਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਨੰਬਰ ਹੈ 408-272-5200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਨੂੰ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੁਹਾਨੂੰ ਵੀ। ਤੇ ਵੀਰ ਜੀ, ਮੈਂ ਇੱਕ ਕੁਐਸਚਨ ਕਰਨਾ ਚਾਹੁੰਦਾ, ਤੁਹਾਡਾ ਬਹੁਤ ਹੀ ਵਧੀਆ ਯੂ ਐੱਸ ਏ ਚੈਨਲ ਹੈ ਪੰਜਾਬੀ ਰੇਡੀਓ, ਉੱਥੇ ਸਾਨੂੰ ਬਹੁਤ ਕੁਛ ਸਿੱਖਣ ਲਈ ਮਿਲਦਾ, ਤੇ ਮੈਂ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਜੋਗਾ ਸਿੰਘ ਜੀ ਫੇਸਬੁੱਕ ਤੋਂ ਹੈਪੀ ਨਿਊ ਈਅਰ ਕਹਿੰਦੇ ਆ, ਜੀਤ ਸਿੱਧੂ ਜੀ, ਪੌਲ ਸਿੰਘ ਜੀ, ਨਾਲ ਦੀ ਨਾਲ ਅਸੀਂ ਮਾਫ਼ੀ ਵੀ ਮੰਗਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਕਮੈਂਟ ਆਉਂਦੇ ਆ ਜੇ ਮਿਸ ਕਰਦੇ ਕੋਈ ਕਰ ਗਏ ਹੋਏ, ਅਤੇ ਹੋਰ ਵੀ ਸਾਡੇ ਨਾਲ ਜਿਹੜੇ ਸਰੋਤੇ ਆ ਬਹੁਤ ਜ਼ਿਆਦਾ ਜੁੜੇ ਹੋਏ ਹੈਗੇ ਆ। ਅਤੇ ਟਰੱਕਾਂ ਵਾਲਿਆਂ ਲਈ ਇੱਕ ਜਿਹੜੀ ਖਬਰ ਹੈਗੀ ਆ ਉਹ ਜ਼ਰੂਰ ਆਪਾਂ ਸਾਂਝੀ ਕਰਨੀ ਆ, ਜਿਹੜਾ ਨਵਾਂ ਲਾਅ 1 ਤਰੀਕ ਤੋਂ ਸ਼ੁਰੂ ਹੋਣਾ ਸੀ ਉਹ ਜ਼ਰੂਰ ਆਪਾਂ ਸ਼ੁਰੂ ਕਰਾਂਗੇ, ਪਰ ਪਹਿਲਾਂ ਆਪਾਂ ਥੋੜ੍ਹੀ ਜਿਹੀਆਂ ਕਾਲਸ ਲੈ ਲਈਏ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਬੀਸਲਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਖਾਲਸਾ ਜੀ ਤੇ ਰਾਜ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ, ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਜੀ ਪ੍ਰੋਗਰਾਮ, ਹਾਂਜੀ ਤੁਸੀਂ ਕੱਲ ਪ੍ਰੋਗਰਾਮ ਬਾਰੇ ਪੁੱਛ ਰਹੇ ਸੀਗੇ ਜੀ, ਪ੍ਰੋਗਰਾਮ ਤੁਹਾਡੇ ਬਹੁਤ ਸਲਾਹਣਯੋਗ ਹਨ ਔਰ ਬੜੀ ਜਾਗਰਤੀ ਵਾਲੇ ਹਨ, ਖਾਸ ਕਰਕੇ ਜਿਹੜਾ ਤੁਸੀਂ ਇਮੀਗ੍ਰੇਸ਼ਨ ਬਾਰੇ ਇਹ ਸਾਲ ਜ਼ੋਰ ਪਾ ਕੇ ਲੋਕਾਂ ਨੂੰ ਦੱਸਿਆ ਜੀ, ਬਹੁਤ ਹੀ ਸਿਟੀਜ਼ਨ ਲੋਕ ਹੋਏ ਆ ਤੁਹਾਡੇ ਕਹਿਣ ਤੇ ਔਰ ਦੱਸਣ ਤੇ, ਬਹੁਤ ਲੋਕਾਂ ਨੇ ਫਾਇਦਾ ਲਿਆ, ਸ਼ਾਇਦ ਹੁਣ ਹਜੇ ਵੀ ਕੁਛ ਨਾ ਕੁਛ ਲੋਕਾਂ ਨੇ ਇਸ ਪੇਪਰ ਭਰੇ ਹੋਣਗੇ, ਕਿਉਂਕਿ ਅਸੀਂ ਵੀ ਸਾਡੇ ਵੀ ਘਰ ਦੇ ਸਿਟੀਜ਼ਨ ਹੋਏ ਆ ਤੇ ਉੱਥੇ ਅਸੀਂ ਹਾਲ ਦੇ ਵਿੱਚ ਦੇਖਦੇ। ਵਧਾਈਆਂ ਜੀ, ਸਿਟੀਜ਼ਨ ਹੋਣ ਦੀਆਂ ਬੋਰਡ ਜ਼ਰੂਰ ਪਾਇਓ ਇਸ ਵਾਰੀ ਨਵੰਬਰ ਦੇ ਵਿੱਚ, ਜ਼ਰੂਰ ਜੀ ਜ਼ਰੂਰ। ਕੈਲੀਫੋਰਨੀਆ 'ਚ ਤਾਂ ਜੂਨ 'ਚ ਵੀ ਹੋਣੀ ਹੈ ਪ੍ਰਾਇਮਰੀ, ਤੇ ਸੋ ਪਹਿਲੀ ਵਾਰੀ ਵੋਟ ਪਾਉਣ ਦਾ ਨਜ਼ਾਰਾ ਹੀ ਹੋਰ ਹੁੰਦਾ ਹੈ। ਹਾਂਜੀ ਹਾਂਜੀ, ਮਾਰਚ ਵਿੱਚ ਹੋਣੀ ਇਸ ਵਾਰ। ਹਾਂਜੀ ਮਾਰਚ ਵਿੱਚ। ਹਾਂਜੀ ਹਾਂਜੀ ਬਿਲਕੁਲ, ਬਾਕੀ ਤੁਸੀਂ ਕੱਲ ਬਹੁਤ ਕੁਛ ਦੱਸਿਆ ਨੂੰ ਆਪਾਂ ਨਾਂ ਬਾਰ ਬਾਰ ਦਰਾਈਏ, ਤੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਅਸੀਂ ਬਾਬੇ ਨਾਨਕ ਦੇ ਸੱਚੀ ਜੇ ਮਾਰਗ ਤੇ ਚੱਲ ਜਾਈਏ, ਤੇ ਸ਼ਾਇਦ ਸਾਡਾ ਕੁਛ ਨਾ ਕੁਛ ਭਾਰਤ ਵਾਲਾ ਹੋ ਜਾਊਗਾ। ਬਾਕੀ ਤੁਸੀਂ ਬਹੁਤ ਵਾਰੀ ਕਹਿ ਚੁੱਕੇ ਆ ਤੇ ਦੋ ਬੀੜੀਆਂ ਦੇ ਵਿੱਚ ਪੈਰ ਨਾ ਰੱਖੀਏ, ਤੇ ਮੈਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਕੇਵਲ ਕ੍ਰਿਸ਼ਨ ਬੋਲ ਰਿਹਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ, ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਜੀ। ਸਤਨਾਮ ਸਿੰਘ ਦੇਲ ਜੀ, ਗੋਪੀ ਝੁੱਟੀ ਜੀ, ਸੁਖਵੀਰ ਸਿੰਘ, ਜੋਗਾ ਸਿੰਘ ਜੀ, ਰਣਦੀਪ ਸੁਰਾਇਆ ਹੁਣੀ ਕਹਿੰਦੇ ਨੇ ਪੈਨਸਲਵੇਨੀਆ ਤੋਂ, ਕਹਿੰਦੇ ਉਹਨਾਂ ਦੇ ਮਾਤਾ ਜੀ ਹਮੇਸ਼ਾ ਸੁਣਦੇ ਨੇ, ਤੇ ਉਹਨਾਂ ਵੱਲੋਂ ਵੀ ਵਧਾਈਆਂ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਹਰਿੰਦਰ ਲਖਿਆਣ, ਮਨਜੀਤ ਸਿੰਘ ਨਿੱਜਰ, ਪੰਕਜ ਰਜਿੰਦਰ ਚੌਲੀ, ਕਿਰਨਦੀਪ ਧਾਲੀਵਾਲ, ਸੁਰਜੀਤ ਸਿੰਘ ਕੁਲਾਰ, ਬਲਜਿੰਦਰ ਧਾਲੀਵਾਲ, ਬਿਕਰਮਜੀਤ ਸਿੰਘ ਬਰਾੜ, ਤਾਰਾ ਸਿੰਘ ਮਰਾਹਰ, ਜਸੀ ਸਹੋਤਾ, ਔਜਲਾ ਸਿੰਘ, ਜਤਿੰਦਰ ਬੱਸੀ, ਪੌਲ ਸਿੰਘ, ਜੀਤ ਸਿੱਧੂ, ਜੋਗਾ ਸਿੰਘ, ਸਾਰੇ ਜਾਣੇ
ਵਧਾਈ ਜਿਹੜੀ ਉਹ ਭੇਜ ਰਹੇ ਨੇ। ਮਹਿੰਦਰ ਸਿੰਘ, ਸੁਖਜਿੰਦਰ ਸਿੰਘ ਜਰਮਨੀ ਤੋਂ, ਸੁਖਜਿੰਦਰ ਸਿੰਘ ਜੀ ਆਪਾਂ ਨੂੰ ਸੁਣ ਰਹੇ ਨੇ, ਇਹ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ। ਅਤੇ ਆਪਾਂ ਅਗਲੇ ਕਾਲਰਸ ਉਹਨਾਂ ਨਾਲ ਵੀ ਗੱਲ ਕਰਦੇ ਨੇ। ਭੱਟੀ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਜੀ, ਉਹਨਾਂ ਤੋਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰੇ ਪੰਜਾਬੀ ਰੇਡੀਓ ਦੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਨਵੇਂ ਸਾਲ ਦੀਆਂ, ਤੇ ਸਮੂਹ ਜਗਤ ਨੂੰ ਨਾਲ ਦੀ ਨਾਲ ਵਧਾਈਆਂ ਹੋਣ। ਅਰਦਾਸ ਕਰਦੇ ਹਾਂ ਮਹਾਰਾਜ ਅੱਗੇ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਪਾਤਸ਼ਾਹ ਜੀ ਮਿਹਰ ਕਰਨ, ਆਪਣੀ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾ ਸਕੀਏ ਮਸੰਦਾਂ ਕੋਲੋਂ, ਤੇ ਸਿੱਖੀ ਦਾ ਪ੍ਰਚਾਰ ਹੋ ਸਕੇ, ਇਹੀ ਬੇਨਤੀ ਕਰਦੇ ਮੈਂ। ਤੇ ਰਾਜਵਿੰਦਰ ਸਿੰਘ ਧਾਲੀਵਾਲ ਜੀ, ਧਰਮਿੰਦਰ ਸਿੰਘ ਜੀ, ਬਾਲਵੀ ਦੇਹਲ ਮੰਡੇਰ, ਬਲਜਿੰਦਰ ਰਾਏ, ਸੁਖਵਿੰਦਰ ਸੈਣੀ, ਦਰਸ਼ਨ ਬਰਾੜ, ਜਗਤਾਰ ਸਿੰਘ ਦੁੱਲੇ, ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਆਪਾਂ ਕੋਈ ਨਾ ਕੋਈ ਇੱਦਾਂ ਦਾ ਕੰਮ ਕਰੀਏ ਜਿਹਦੇ ਨਾਲ ਆਪਣੀ ਹੀ ਕੌਮ ਦਾ ਜਿਹੜਾ ਨਾਮ ਆ ਉਹ ਸਾਲ 2020 ਦੇ ਵਿੱਚ ਉੱਚਾ ਹੋਵੇ। ਆਪਾਂ ਸਾਰੇ ਆਏ ਹਾਂ, ਸਾਰੇ ਰੋਟੀ ਪਾਣੀ ਵਧੀਆ ਖਾਂਦੇ ਹਾਂ, ਸੋ ਇੱਦਾਂ ਦਾ ਕੰਮ ਕਰੀਏ ਜਿਹੜੇ ਆਪਾਂ ਜਿਹੜੇ ਮੁਲਕ 'ਚ ਰਹਿੰਦੇ ਹਾਂ, ਤਾਂ ਕਿ ਜਿਹੜੀ ਆਪਣੀ ਕੌਮ ਆ ਉਹਦਾ ਨਾਮ ਜਿਹੜਾ ਆ ਆਪਾਂ ਉੱਚਾ ਕਰ ਸਕੀਏ, ਦਸਾਂ ਨਹਾਂ ਦੀ ਕਿਰਤ ਕਮਾਈ ਕਰੀਏ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਿਆਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਦਿਆਲ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਧਾਈਆਂ ਜੀ ਬਹੁਤ ਬਹੁਤ ਜੀ ਤੁਹਾਨੂੰ ਮੇਰੇ ਵੱਲੋਂ ਜੀ, ਸਾਰੀ ਟੀਮ ਨੂੰ ਤੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਪ੍ਰੋਗਰਾਮ ਦਿਨ ਦੂਣੀ ਰਾਤ ਚੌਗਣੀ ਚੱਕੀ ਕਰੇ ਸਾਰਾ, ਮੇਰੇ ਬੇਟਿਆਂ ਨੂੰ ਬਹੁਤ ਬਹੁਤ ਵਧਾਈਆਂ। ਧੰਨਵਾਦ ਜੀ, ਬਹੁਤ ਬਹੁਤ ਇਸੇ ਬਹਾਨੇ ਜੀ, ਥੈਂਕ ਯੂ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਦਲਜੀਤ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ, ਤੁਹਾਨੂੰ ਭਰਾਵਾਂ ਨੂੰ ਤੇ ਸਾਰੀ ਤੁਹਾਡੇ ਆਪਣੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੀਰੋ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਜਿਉਂਦੇ ਰਹੋ, ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ। ਤੇ ਅਸੀਂ ਤਾਂ ਬਜ਼ੁਰਗ ਆਦਮੀ ਤੁਹਾਡਾ ਰੇਡੀਓ ਸੁਣ ਕੇ ਜਿਉਂਦੇ ਰਹਿੰਦੇ ਹਾਂ, ਇੱਕ ਪਰਮਾਤਮਾ ਨਾਮ ਮਿਲ ਜਾਂਦਾ ਉੱਥੇ, ਬਾਕੀ ਤੁਹਾਡੀਆਂ ਬਹੁਤ ਸੋਹਣੀਆਂ, ਮਤਲਬ ਜਿੰਨਾ ਵੀ ਤੁਸੀਂ ਕਰਦੇ ਹੋ ਪਰਮਾਤਮਾ ਵਾਧੂ ਰੱਖੇ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਆਪਣੀ ਕੌਮ ਨੂੰ ਚੜਾਵੇ ਤੇ ਆਪਾਂ ਸਿੰਸੀਅਰ ਰਹੀਏ, ਮਿਹਨਤ ਕਰੀਏ, ਤਾਂ ਕਿ ਆਪਣਾ ਇੱਥੇ ਵੀ ਨੌ ਚੰਗਾ ਵੱਜੇ ਬਸ ਜੀ। ਬਿਲਕੁਲ, ਧੰਨਵਾਦ ਜੀ, ਬਹੁਤ ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਦਰਸ਼ਨ ਸਿੰਘ ਬਰਾੜ ਜੀ ਜੁੜੇ ਹੋਏ ਆ, ਉਹਨਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਰਾਜਪਾਲ ਸੰਧੂ ਜੀ, ਹਰਦੀਪ ਸਿੰਘ ਧਾਲੀਵਾਲ, ਰਜਿੰਦਰ ਚੌਹਾਨ ਜੀ, ਬਿਲਕੁਲ ਜਿਹੜੇ ਜਿਹੜੇ ਕਈਆਂ ਦੇ ਨਾਂ ਰਹਿ ਵੀ ਗਏ ਹੋਣਗੇ, ਕਿਉਂਕਿ ਕਮੈਂਟ ਜਦੋਂ ਲਗਾਤਾਰ ਜ਼ਿਆਦਾ ਆਉਂਦੇ, ਕਈ ਵਾਰੀ ਜਿਹੜਾ ਨਾਮ ਉਹ ਉੱਤੇ ਚਲਾ ਜਾਂਦਾ, ਨਹੀਂ ਦਿਸਦਾ। ਜਿਹੜੇ ਜਿਹੜੇ ਵੀ ਕਮੈਂਟ ਕਰ ਰਹੇ ਆ, ਜਿਹੜੇ ਜਿਹੜੇ ਵੀ ਕਾਲ ਕਰ ਰਹੇ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਗਲੇ ਕਾਲਰ ਨੇ ਹਰਜਿੰਦਰ ਬਰਾੜ ਜੀ, ਪਰ ਇਹ ਦੇਖੋ ਬਜ਼ੁਰਗਾਂ ਦਾ ਆਸ਼ੀਰਵਾਦ ਆ, ਇਹ ਤੁਹਾਡਾ ਸਹਿਯੋਗ ਆ, ਛੋਟੇ ਜਿਹੜੇ ਨੌਜਵਾਨ ਬੱਚਿਆਂ ਤੋਂ ਲੈ ਕੇ ਅਤੇ ਬਜ਼ੁਰਗਾਂ ਤੱਕ ਸਾਰੇ ਜਾਣੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਹੋ, ਆਨੰਦ ਮਾਣਦੇ ਹੋ, ਇਸ ਦੇ ਲਈ ਜਿਹੜਾ ਆ ਬਹੁਤ ਬਹੁਤ ਜਿਹੜਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਇੱਦਾਂ ਹੀ ਆਪਣਾ ਆਸ਼ੀਰਵਾਦ ਆਪਣਾ ਜਿਹੜਾ ਉਹ ਬਣਾ ਕੇ ਰੱਖਿਓ ਜੀ। ਹਰਜਿੰਦਰ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ। ਸਾਰੇ ਪ੍ਰੋਗਰਾਮ ਪੇਸ਼ ਕਰਨ ਵਾਲੇ ਜੁਆਇਸੇ ਪੰਜਾਬੀ ਰੇਡੀਓ ਕਰਮਚਾਰੀਆਂ ਨੂੰ, ਸਾਰੇ ਸਰੋਤਿਆਂ ਨੂੰ, ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਵਧਾਈਆਂ, ਹੈਪੀ ਨਿਊ ਇਅਰ। ਧੰਨਵਾਦ ਜੀ, ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਹਮੇਸ਼ਾ ਇੱਥੋਂ ਦੀਆਂ ਉਮਰਾਂ ਲੰਮੀਆਂ ਹੋਣ, ਖੁਸ਼ਹਾਲ ਰਹੋ। ਤੁਸੀਂ ਤਾਂ ਚਾਨਣ ਕਰ ਦਿੰਦੇ ਜੀ, ਚਾਨਣ ਦੁਨੀਆਂ ਦਾ ਚਾਨਣ, ਪਿਛਲੀਆਂ ਗੱਲਾਂ ਯਾਦ ਕਰਾ ਕੇ, ਲਫ਼ਜ਼ ਨਹੀਂ ਗੇ ਜਿਹੜੇ ਲਫ਼ਜ਼ਾਂ ਨਾਲ ਤਾਰੀਫ਼ ਕਰੀਏ ਪੰਜਾਬੀ ਰੇਡੀਓ USA ਦੀ, ਬਹੁਤ ਹੀ ਚੰਗੇ ਪ੍ਰੋਗਰਾਮ। ਮੈਂ ਤਾਂ ਰੇਡੀਓ ਬੰਦ ਕਰਦਾ ਹੀ ਨਹੀਂ, ਸੁਣੀ ਜਾਂਦਾ ਮੈਂ ਆਪਦੇ ਲੇਖ। ਹਾਂਜੀ ਹਾਂਜੀ, ਨਹੀਂ ਗਾਉਂਦੇ ਵੀ ਹੁੰਦੇ ਆ, ਲਿਖਦੇ ਵੀ ਹੁੰਦੇ ਆ, ਬਹੁਤ ਵਧੀਆ, ਧੰਨਵਾਦ ਜੀ। ਇਸੇ ਤਰ੍ਹਾਂ ਇੰਦਰਜੀਤ ਸਿੰਘ ਜੀ, ਹੈਪੀ ਨਿਊ ਈਅਰ। ਰੂਪ ਔਜਲਾ ਜੀ ਕਹਿੰਦੇ, ਬਾਈ ਜੀ ਦੱਸਿਓ AB5 ਬਾਰੇ, ਬਿਲਕੁਲ ਇੱਕ ਨਵੀਂ ਨਿਊਜ਼ ਆ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਵਧਾਈਆਂ ਲੈ ਕੇ। GK ਚੌਹਾਨ, ਤਰਲੋਕ ਸਿੰਘ, ਇੰਦਰ ਜੀ, ਲੱਕੀ ਸਿੰਘ, ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਜਿਹੜੇ ਜੀ ਵਧਾਈਆਂ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸਰਬਜੀਤ ਸਿੰਘ, ਬਹੁਤ ਬਹੁਤ ਵਧਾਈਆਂ। ਅਤੇ ਆਪਣੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਸਤਨਾਮ ਸਿੰਘ ਜੀ ਸ਼ੇਰਗਿੱਲ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰੇਡੀਓ ਦੀ ਲੰਮੀ ਉਮਰ ਹੋਵੇ ਜੀ, ਸਾਰੇ ਸੰਸਾਰ ਨੂੰ ਹੈਪੀ ਨਿਊ ਈਅਰ।
ਥੈਂਕ ਯੂ ਜੀ, ਤੁਹਾਨੂੰ ਵੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ ਯੂਨੀਵਰਸਿਟੀ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਯੂ ਐਸ ਏ ਸਾਰੇ ਪਰਿਵਾਰ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਪੰਜਾਬੀ ਯੂ ਐਸ ਏ ਦੇ ਸਾਰੇ ਪਰਿਵਾਰ ਨੂੰ ਤੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ, ਤੇ ਅਸੀਂ ਇਹੀ ਅਰਦਾਸ ਕਰਦੇ ਸਤਿਗੁਰੂ ਤੁਸੀਂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੋ ਤੇ ਤੁਹਾਨੂੰ ਤੰਦਰੁਸਤ ਰੱਖੇ ਤੇ ਇੱਥੇ ਚੜ੍ਹਦੀਆਂ ਕਲਾਂ ਚ ਰਹੋ ਹਮੇਸ਼ਾ। ਤੇ ਬੇਨਤੀ ਇੱਕ ਹੋਰ ਆ ਜੀ, ਤੁਸੀਂ ਤੁਹਾਡਾ ਜਿਹੜਾ ਰੇਡੀਓ ਪ੍ਰੋਗਰਾਮ 24 ਘੰਟੇ ਚੱਲਦਾ, ਇਹਨੂੰ ਭਾਵੇਂ 25 ਘੰਟੇ ਕਰ ਦਿਓ ਤੇ ਆਤਮਿਕ ਆਨੰਦ ਦਾ ਸਮਾਂ ਵਧਾ ਦਿਓ ਪਲੀਜ਼। ਬਾਕੀ ਮੈਂ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਿ ਸਾਡੇ ਕੋਲ ਇੱਕੋ ਇੱਕ ਮੰਚ ਆ ਹੱਕ ਸੱਚ ਦੀ ਗੱਲ ਕਰਨ ਵਾਲਾ, ਤੇ ਅਸੀਂ ਸਾਰੇ ਇਹਨਾਂ ਨੂੰ ਸਪੋਰਟ ਕਰੀਏ ਤੇ ਸਪੋਂਸਰ ਜ਼ਰੂਰ ਕਰਿਆ ਕਰੀਏ। ਤੇ ਮੇਰੀ ਦੂਜੇ ਬਾਕੀ ਸਾਰੇ ਜਸ਼ਨ ਦੀ ਬੇਨਤੀ ਕਿ ਜਿਸ ਤਰ੍ਹਾਂ ਅਸੀਂ ਦੇਖੋ ਸਮਾਂ ਬੜਾ ਤੇਜ਼ ਚੱਲ ਰਿਹਾ, ਅਸੀਂ ਸਾਰੇ ਆਪਣੇ ਗੁੱਸੇ ਗਿਲੇ ਮਿਟਾ ਕੇ ਇੱਕ ਦੂਜੇ ਨਾਲ ਰਲ ਮਿਲ ਕੇ ਪਿਆਰ ਨਾਲ ਰਲ ਮਿਲ ਕੇ ਰਹੀਏ ਤੇ ਮਿਲੀਏ ਗਲੀਏ ਹੱਸਦੇ ਖੇਡਦੇ ਰਹੀਏ, ਤੇ ਇਹਦੇ ਨਾਲ ਵੀ ਵਧੀਆ ਲਾਈਫ ਨਹੀਂ ਹੋ ਸਕਦੀ। ਤੇ ਦੂਜੀ ਇੱਕ ਹੋਰ ਬੇਨਤੀ ਕਰਦੇ, ਕਿਉਂਕਿ ਸਾਡੇ ਗੁਰੂ ਘਰਾਂ ਦੇ ਮੈਂ ਪ੍ਰਬੰਧਕ ਕਮੇਟੀਆਂ ਜ਼ਰੂਰ ਇੱਕ ਬੇਨਤੀ ਕਰਨੀ ਮੰਗਦਾ ਕਿ ਜਿਹੜਾ ਸਾਡਾ ਯੂਥ ਆ, ਸਾਡਾ ਆਉਣ ਵਾਲਾ ਭਵਿੱਖ ਆ ਜੀ, ਇਹਨਾਂ ਨੂੰ ਨਾਲ ਲੈ ਕੇ ਤੁਰੋ, ਇਹਨਾਂ ਵਿੱਚ ਸ਼ਾਮਿਲ ਕਰੋ, ਕਿਉਂਕਿ ਬੱਚੇ ਪੜ੍ਹੇ ਲਿਖੇ ਆ ਨੇ, ਇਹਨਾਂ ਬਹੁਤ ਵਧੀਆ ਆਈਡੀਆ ਲੈ ਕੇ ਬਹੁਤ ਵਧੀਆ ਪ੍ਰਬੰਧ ਚਲਾ ਸਕਦੇ ਆ। ਤੇ ਮੇਰੀ ਜ਼ਰੂਰੀ ਬੇਨਤੀ ਆ ਵੀ ਗੁੱਸਾ ਕੋਈ ਨਾ ਕਰੇ ਤੇ ਰਲ ਮਿਲ ਕੇ ਚੱਲੀਏ ਤੇ ਆਪਣੇ ਗੁੱਸੇ ਦੇ ਮਿਟਾ ਕੇ ਤੇ ਆਪਣੇ ਚੱਲੀਏ ਤੇ ਆਪਣਾ ਵਧੀਆ ਕੌਮ ਦਾ ਨਾਂ ਉੱਚਾ ਕਰੀਏ ਤੇ ਸਾਰਿਆਂ ਨੂੰ ਦੁਬਾਰਾ ਫੇਰ ਜਿਸ ਤਰ੍ਹਾਂ ਪਿਛਲਾ ਸਾਲ ਸੁੱਖਾਂ ਸ਼ਾਂਤ ਖੁਸ਼ੀਆਂ ਪ੍ਰਾਪਤੀ ਪਵੇ ਹੋਇਆ ਤੇ ਨਵਾਂ ਸਾਲ ਵੀ ਇਸ ਤਰ੍ਹਾਂ ਬਤੀਤ ਹੋਵੇ ਤੇ ਅਰਦਾਸ ਕਰਦੇ ਮਹਾਰਾਜ ਅੱਗੇ ਚੜ੍ਹਦੀਆਂ ਕਲਾ ਰਹੋ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਇਸੇ ਤਰ੍ਹਾਂ ਸਰਬਜੀਤ ਸਿੰਘ ਜੀ ਹੈਪੀ ਨਿਊ ਈਅਰ ਕਹਿੰਦੇ, ਰਣਵੀਰ ਢੀਂਡਸਾ ਮਾਨ, ਬਲਵਿੰਦਰ ਸਿੰਘ ਸਾਰਿਆਂ ਨੂੰ, ਕਮਲ ਕੰਬੋਜ ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਦਵਿੰਦਰ ਕੌਰ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਜੀ ਐਸ ਏ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਨਵੇਂ ਸਾਲ ਦੀਆਂ। ਥੈਂਕ ਯੂ ਜੀ, ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਜੀ। ਬਹੁਤ ਵਧੀਆ ਪ੍ਰੋਗਰਾਮ ਕਰਦੇ ਜੀ, ਅਸੀਂ ਤੇ ਬਾਹਰ ਟੀਵੀ ਨਹੀਂ ਸੁਣੀ ਤਾਂ ਰੇਡੀਓ ਸੁਣੀਦਾ ਤੁਹਾਡਾ ਅੰਦਰ। ਥੈਂਕ ਯੂ ਜੀ, ਥੈਂਕ ਯੂ, ਨਾਲੇ ਵਧੀਆ ਉੱਥੇ ਮੋਰੇ ਨਹੀਂ ਬੈਠਣਾ ਪੈਂਦਾ, ਕੰਮ ਕਰਦੇ ਰਹਿੰਦੇ ਨਾਲ ਨਾਲ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਫੋਨ ਤੇ ਲਾ ਲਈਦਾ, ਜਿਹੜਾ ਸੋਈ ਚ ਹੋਈ ਜਾਂ ਬਾਹਰ ਘਰ ਚ ਹੋਈ ਤੇ ਥੈਂਕ ਯੂ, ਧੰਨਵਾਦ, ਬੜੀ ਮਿਹਰਬਾਨੀ, ਬਹੁਤ ਵਧਾਈਆਂ ਜੀ ਤੁਹਾਨੂੰ ਸਾਰੀ ਟੀਮ ਨੂੰ ਜਿਹੜੇ ਭੈਣ ਭਰਾ ਸਾਰੇ ਸੁਣਦੇ ਉਹਨਾਂ ਨੂੰ ਵਧਾਈਆਂ ਹੋਣ। ਥੈਂਕ ਯੂ, ਬਹੁਤ ਬਹੁਤ ਮਾਰਕ ਖੁਸ਼ੀਆਂ ਭਰਿਆ। ਥੈਂਕ ਯੂ ਜੀ, ਥੈਂਕ ਯੂ, ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ, ਥੈਂਕ ਯੂ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਅਗਲੇ ਕਾਲਰ ਨੇ ਅਰਸ਼ਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅਰਸ਼ਪ੍ਰੀਤ, ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਵਧਾਈਆਂ, ਬਹੁਤ ਬਹੁਤ। ਹੈਪੀ ਨਿਊ ਈਅਰ ਟੂ ਯੂ ਟੂ। ਥੈਂਕ ਯੂ, ਥੈਂਕ ਯੂ। ਤੇ ਅਰਸ਼ਪ੍ਰੀਤ ਕਿੱਥੋਂ ਬੋਲ ਰਿਹਾ ਹੈ? ਵਾਸ਼ਿੰਗਟਨ ਤੋਂ, ਨਿਊ ਜਰਸੀ। ਨਿਊ ਜਰਸੀ ਤੋਂ, ਵੈਰੀ ਗੁੱਡ। ਸਨੋ ਪਈ ਹੋ ਕਿ ਨਹੀਂ? ਕੀ ਥੋੜੀ ਜਿਹੀ ਇੱਧਰ ਕੈਲੀਫੋਰਨੀਆ ਭੇਜ ਦਿਓ ਸਾਡੇ ਸੈਨੋਜ਼ੇ। ਚਲੋ ਥੈਂਕ ਯੂ, ਤੁਹਾਨੂੰ ਤੁਹਾਡੇ ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ। ਥੈਂਕ ਯੂ ਜੀ ਬਹੁਤ ਬਹੁਤ। ਯੂ ਆਰ ਵੈਲਕਮ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਇਹ ਉਸ ਸਟੇਟ ਨੇ ਜਿੱਥੇ ਆਪਣੇ ਸਿੰਘ ਜਿਹੜੇ ਅਟਾਰਨੀ ਜਨਰਲ ਨੇ, ਗੁਰਵੀਰ ਸਿੰਘ ਗਰੇਵਾਲ ਜੀ, ਬਿਲਕੁਲ। ਸੋ ਬਹੁਤ ਵਧੀਆ, ਤੇ ਉਹ ਰੋਲ ਮਾਡਲ ਨੇ ਇਹੋ ਜਿਹੇ ਜਿਹੜੇ ਨੌਜਵਾਨਾਂ ਦੇ ਲਈ, ਬੱਚਿਆਂ ਦੇ ਲਈ, ਵੀ ਆਪਾਂ ਵੀ ਇਹੋ ਜਿਹੀਆਂ ਜਿਹੜੇ ਅਹੁਦਿਆਂ ਤੱਕ ਜਿਹੜਾ ਉਹ ਪਹੁੰਚ ਸਕਦੇ ਨੇ। ਇਸੇ ਤਰ੍ਹਾਂ ਨਿਰਮਲਜੀਤ ਸਿੰਘ ਜੀ ਕਹਿੰਦੇ ਗੁੱਡ ਜੋਬ, ਹੈਪੀ ਨਿਊ ਈਅਰ। ਅਵਤਾਰ ਸਿੰਘ ਸਿੱਧੂ ਜੀ, ਗੁਰਦੀਪ ਸਿੰਘ ਗਰੇਵਾਲ ਤਰੀਕੇ ਵਾਲੇ, ਗੁਰਪ੍ਰੀਤ ਸਿੰਘ ਬੇਦੀ, ਬੋਗਰਾਜ ਧਾਲੀਵਾਲ, ਇਹ ਸਾਰਿਆਂ ਵੱਲੋਂ ਵਧਾਈਆਂ ਆ ਰਹੀਆਂ ਨੇ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਅਗਲੇ ਕਾਲਰ ਨੇ ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਤੰਦਰੁਸਤੀ ਬਖਸ਼ੇ, ਔਰ ਇਹਨਾਂ ਦੀ ਵੱਡੀ ਵੱਡੀ ਉਮਰ ਹੋਵੇ। ਬਹੁਤ ਸੋਹਣਾ ਪ੍ਰੋਗਰਾਮ ਕਰਦੇ ਨੇ, ਔਰ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ। ਅਸੀਂ ਵੀ ਇੱਥੇ ਤੁਹਾਡੇ ਬਹੁਤ ਜ਼ਿਆਦਾ ਫੈਨ ਆ ਨਿਊਯਾਰਕ, ਨਵੇਂ ਸਾਲ ਦੇ ਉੱਤੇ ਜਿਹੜਾ ਖਾਲਿਸਤਾਨ ਦੇ ਹੱਕ ਦੇ ਵਿੱਚ ਵੀ ਜਿਹੜਾ ਇੱਕ ਪ੍ਰੋਟੈਸਟ ਮਾਰਚ ਜਿਹੜਾ ਆ ਕੱਲ ਉੱਥੇ ਕੀਤਾ ਸੀ।
ਰੈਲੀ ਜਿਹੜੀ ਰੈਲੀ ਕੀਤੀ ਸੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਦਿਲਾਵਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਦਿਲਾਵਰ ਸਿੰਘ ਜੀ, ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਜੋਤ ਸਿੰਘ ਖਾਲਸਾ ਜੀ ਦੇ ਭੈਣ ਜੀ ਹੁਣਾਂ ਨੂੰ ਤੇ ਕਰਨਵੀਰ ਸਿੰਘ ਹੁਣ ਸਾਰੀਆਂ ਫੈਮਿਲੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈ ਹੋਵੇ ਜੀ। ਤੁਹਾਨੂੰ ਵੀ ਜੀ ਧੰਨਵਾਦ ਜੀ। ਦਿਲਾਵਰ ਸਿੰਘ ਅਟਵਾਲ ਜੀ, ਸਾਰੇ ਜਿੰਨੀਆਂ ਹੇਵਰ ਚ ਸੰਗਤਾਂ ਵਕਤ ਬਸਦੀਆਂ ਤੁਹਾਡੇ ਸ਼ਹਿਰ ਦੇ ਵਿੱਚ, ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਹਾਂਜੀ, ਬਹੁਤ ਸੋਹਣਾ, ਬਹੁਤ ਸਾਰਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਜੀ। ਹਰ ਵੇਲੇ ਸੁਣੀ ਦਾ ਨਾਲੇ ਕੰਮ ਕਰੀ ਜਾਈਦਾ ਜੀ, ਕੰਮ ਕਰੀ। ਥੈਂਕ ਯੂ ਜੀ, ਥੈਂਕ ਯੂ, ਬੜੀ ਮਿਹਰਬਾਨੀ, ਤੁਹਾਨੂੰ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ, ਧੰਨਵਾਦ, ਥੈਂਕ ਯੂ ਜੀ। ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਮੇਜਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਵੱਲੋਂ ਪੰਜਾਬੀ ਰੇਡੀਓ ਯੂਐਸ ਦੀ ਸਾਰੀ ਟੀਮ ਨੂੰ ਅਤੇ ਸਾਰੇ ਸੰਸਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਸਾਰੇ ਸੰਸਾਰ ਵਾਲੇ ਸਾਲ ਸੁੱਖਾਂ ਨਾਲ ਆਵੇ। ਥੈਂਕ ਯੂ, ਵਾਹਿਗੁਰੂ ਫਤਿਹ ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਸ਼ਰਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਟੀਮ ਨੂੰ ਲੱਖ ਲੱਖ ਵਧਾਈਆਂ ਜੀ ਨਵੇਂ ਸਾਲ ਦੀਆਂ। ਥੈਂਕ ਯੂ ਜੀ, ਤੁਹਾਨੂੰ ਬਹੁਤ ਬਹੁਤ ਜੀ ਪਰਿਵਾਰ ਨੂੰ। ਬਾਕੀ ਪ੍ਰੋਗਰਾਮ ਸਾਰੇ ਬਹੁਤ ਸੋਹਣੇ ਆ ਜੀ, ਜਦੋਂ ਦਾ ਰੇਡੀਓ ਚੱਲਣ ਡਿਆ ਉਦੋਂ ਦੀ ਮੈਂ ਨਾਲ ਜੁੜੀ ਆ, ਛੱਤੇ ਪੈਰੇ ਨੂੰ ਸੁਣਦੇ ਰਹੀਦਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਆਉਂਦੇ ਕਦੀ ਕੋਈ ਸੁਣੀਦਾ ਨਹੀਂ, ਹੁਣ ਸਾਰੇ ਸੁਣੀਦੇ, ਇੱਥੇ ਪਤਾ ਲੱਗਦਾ ਰੇਡੀਓ ਆ ਇੰਨਾ ਚੰਗਾ ਕਿ ਜੋ ਵੀ ਹੁੰਦਾ ਸਭ ਕੁਛ ਦੱਸਦੇ ਆ। ਤੇ ਸਤਿ ਸ਼੍ਰੀ ਅਕਾਲ ਜੀ, ਸਾਰੀ ਟੀਮ ਨੂੰ ਲੱਖ ਲੱਖ ਵਧਾਈ ਜੀ। ਜੀ ਬਿਲਕੁਲ, ਇਸੇ ਤਰ੍ਹਾਂ ਜਗਰਾਜ ਸਿੰਘ ਧਾਲੀਵਾਲ ਜੀ, ਸਤਨਾਮ ਸਿੰਘ ਪੱਡਾ ਜੀ, ਮਲਕੀਤ ਮਾਨ, ਤੇਜਿੰਦਰ ਔਜਲਾ, ਲਖਵਿੰਦਰ ਸਿੰਘ ਸੰਧੂ, ਸੈਮ ਕਲਸੀ, ਸਾਰੇ ਫੇਸਬੁੱਕ ਵਾਲੇ ਜਿਹੜੇ ਦੋਸਤ ਆ ਸਾਡੇ ਜਿਹੜੇ ਸਪੋਰਟਰ ਆ, ਦੇਖ ਰਹੇ ਆ, ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ, ਅੱਜ ਜਿਹੜਾ ਦੁਪਹਿਰ ਨੂੰ ਵੀ ਪ੍ਰੋਗਰਾਮ ਹੋਣਾ ਹੈਗਾ ਆ ਸਾਢੇ ਬਾਰਾਂ ਵਜੇ, ਉਹਦੇ ਵਿੱਚ ਵੀ 4 ਵਜੇ ਵਾਲਾ ਜਿਹੜਾ ਪ੍ਰੋਗਰਾਮ ਆ, ਉਹਦੇ ਵਿੱਚ ਵੀ ਕਾਲਸ ਜਿਹੜੀਆਂ ਉਹ ਲਈਆਂ ਜਾਣਗੀਆਂ। ਸੋ ਤੁਸੀਂ ਉਦੋਂ ਵੀ ਜਿਹੜੇ ਜ਼ਰੂਰ ਕਾਲ ਕਰਕੇ ਜਿਹੜੇ ਆ ਵਧਾਈਆਂ ਜਿਹੜੀਆਂ ਉਹ ਭੇਂਟ ਕਰਿਓ, ਆਪਣੇ ਜਿਹੜੇ ਵਿਚਾਰ ਉਹ ਸਾਂਝੇ ਕਰਿਓ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਅਸ਼ਪਾਲ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਅਸ਼ਪਾਲ, ਤੁਹਾਨੂੰ ਵੀ ਹੈਪੀ ਨਿਊ ਈਅਰ, ਥੈਂਕ ਯੂ, ਓਕੇ ਜੀ, ਸ਼ਾਬਾਸ਼। ਤੇ ਅਗਲੇ ਜਿਹੜੇ ਕਾਲਰ ਨੇ, ਬੀਸਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੈਂ ਦੁਬਾਰਾ ਆਇਆ ਜੀ, ਮੈਂ ਕੁਛ ਭੁੱਲ ਗਿਆ ਸੀਗਾ ਜੀ, ਮੈਂ ਤਾਂ ਕਾਮਨਾ ਸੀਗੀ ਵੀ ਸਾਡਾ ਰੇਡੀਓ ਨਵੇਂ ਸਾਲ ਵੀ ਤਰੱਕੀਆਂ ਵੱਲ ਨੂੰ ਜਾਵੇ। ਧੰਨਵਾਦ ਜੀ, ਥੈਂਕ ਯੂ ਜੀ। ਤੇ ਦੂਸਰੀ ਇਹ ਗੱਲ ਕਹਿਣੀ ਚਾਹੁੰਦਾ ਹਾਂ ਜੀ, ਬਈ ਬੂੰਦ ਬੂੰਦ ਦੇ ਨਾਲ ਕਹਿੰਦੇ ਹੁੰਦੇ ਆ ਬਈ ਪਾਣੀ ਇਕੱਠਾ ਹੋ ਕੇ ਤਲਾਬ ਭਰ ਸਾਗਰ ਬਣਦਾ ਜੀ ਜੀ। ਤੇ ਹਾਂਜੀ ਹਾਂਜੀ, ਤੇ ਮੇਰਾ ਇਸ਼ਾਰਾ ਸਮਝਦੇ ਹੋਣਗੇ, ਤੇ ਅਸੀਂ ਵੀ ਸਮਝ ਲਈਏ ਤੇ ਥੋੜਾ ਥੋੜਾ ਕਰੀਏ, ਤੇ ਕਿਉਂਕਿ ਇਹਦੇ ਮਾਈਕ ਸਹਿਕਾ ਦੇ ਸਹਾਇਤਾ ਦੇ ਨਾਲ ਜੀ ਗੱਡੀ ਚੱਲਦੀ ਹੈਗੀ ਆ, ਤੇ ਇਸ ਕਰਕੇ ਹੈਗਾ ਵੀ ਆਰਾਮਦਾਰੀ ਬਹੁਤ ਹੈਗੀ, ਹਰ ਇੱਕ ਬੰਦਾ ਜਿੱਥੇ ਵੀ ਖੜਾ ਹੈਗਾ, ਜਿੱਥੇ ਵੀ ਬਹਿੰਦਾ ਹੈਗਾ, ਗੱਡੀ 'ਚ ਜਾਂਦਾ ਹੈਗਾ, ਉਹ ਰੇਡੀਓ ਸੁਣਦਾ ਔਰ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਤੁਹਾਡਾ ਅਪਡੇਟ। ਅਮੈਰੀਕਾ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਮੇਰੇ ਵਰਗਿਆਂ ਨੂੰ, ਉਹ ਸਾਰੀਆਂ ਖ਼ਬਰਾਂ ਅਮੈਰੀਕਾ ਦੀਆਂ ਸਵੇਰ ਨੂੰ ਅੱਧੇ ਘੰਟੇ ਦੇ ਵਿੱਚ ਸਾਰੀਆਂ ਸੁਣ ਲੈਂਦਾ ਵੀ ਕੀ ਕਿੱਥੇ ਕਿੱਥੇ ਹੋ ਰਿਹਾ ਤੇ ਬਾਹਰ ਦੀਆਂ ਕੰਟਰੀਆਂ 'ਚ ਕੀ ਹੋ ਰਿਹਾ। ਥੈਂਕ ਯੂ ਜੀ, ਧੰਨਵਾਦ ਜੀ ਤੁਹਾਡਾ। Okay, ਇਸੇ ਤਰ੍ਹਾਂ ਗੁਰਮੀਤ ਸਿੰਘ ਭੱਟੀ ਜੀ, ਸਿਮਰਨਜੀਤ ਸਿੰਘ, ਰਮਨਦੀਪ ਸਿੰਘ, ਸਾਡੇ ਪਿੰਡ ਰੱਬ ਵਸਦਾ, ਸੁਖੀ ਲਾਲੀ ਕੰਡੋਲਾ, ਸਾਰੇ ਜਿੰਨੇ ਵੀ ਹੈਗੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਅਗਲੇ ਕਾਲਰ ਨੇ ਸੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤੀਆਂ ਨਵੇਂ ਸਾਲ ਦੀਆਂ ਵਧਾਈਆਂ, ਬਹੁਤੀਆਂ ਸਾਰਿਆਂ ਨੂੰ ਜਿਹੜਾ ਵੀ ਰੇਡੀਓ ਸੁਣਦਾ। ਹਾਂਜੀ, ਥੈਂਕ ਯੂ ਜੀ, ਤੁਹਾਨੂੰ ਵੀ ਜੀ, ਸਾਰੇ ਤੁਹਾਡੇ ਰੇਡੀਓ ਵਾਲਿਆਂ ਨੂੰ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ, ਓਕੇ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਜਸਵੰਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਨਵੇਂ ਸਾਲ ਦੀਆਂ ਤੇ ਸਾਰੇ ਸਰੋਤਿਆਂ ਨੂੰ, ਸਾਰੇ ਜਹਾਨ ਨੂੰ, ਜਿੱਥੇ ਤੱਕ ਕੋਈ ਸੁਣ ਰਿਹਾ, ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ, ਚੰਗਾ ਹੋਵੇ ਸਭ ਲਈ, ਸਭ ਲਈ ਸ਼ੁਭ ਸ਼ਾਵਾਂ ਦੇਵੇ, ਤੇ ਸਾਨੂੰ ਵੀ ਸਾਰਿਆਂ ਨੂੰ ਇਸ ਨਾ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੀਦਾ, ਤੇ ਜਿਸ ਕਰਕੇ ਤਾਂ ਕਿ ਇਹਦੀ ਉਮਰ ਹੋਰ ਵੀ ਲੰਬੀ ਹੋਵੇ। ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੁਹਾਡੀਆਂ ਖਬਰਾਂ ਤੋਂ ਸਵੇਰੇ ਸਾਰਾ ਕੁਛ ਸਿੱਖ ਲੈਦਾ ਤੇ ਸਾਰਾ ਪਤਾ ਲੱਗਦਾ ਕਿੱਥੇ ਕਿੱਥੇ ਕੀ ਹੋ ਰਿਹਾ ਤੇ ਕੀ ਨਹੀਂ। ਮੈਂ ਤੁਹਾਡੀ ਬਹੁਤ ਬਹੁਤ ਦੋਹਾਂ ਵੀਰਾਂ ਦੀ ਸ਼ਲਾਘਾ ਕਰਦੀ ਹਾਂ, ਭੈਣ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਹੜੇ ਕਿ ਹਰ ਗੱਲ ਹਰ ਕੰਮ ਹਰ ਟਾਈਮ ਤੇ ਸਮਝਾਉਂਦੇ ਰਹਿੰਦੇ ਨੇ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਇੱਥੋਂ ਰਾਜਕਰਨਵੀਰ ਸਿੰਘ ਜੀ, ਇਹ ਲੱਗਦਾ ਵੀ ਮੈਨੂੰ ਕਈ ਵਾਰ ਸ਼ੱਕ ਰਹਿੰਦੀ ਸੀ ਵੀ ਸ਼ਾਇਦ ਸਾਡੀਆਂ ਬੀਬੀਆਂ ਜਾਂ ਭੈਣਾਂ ਜਿਹੜੀਆਂ ਹੈ ਨਾ,
ਉਹ ਅਪਡੇਟ ਅਮਰੀਕਾ ਪ੍ਰੋਗਰਾਮ ਸ਼ਾਇਦ ਵੀ ਘੱਟ ਜਿਹੜੀਆਂ ਸੁਣਦੀਆਂ ਹੋ ਗਈਆਂ ਵੀ ਕੀ ਆਪਾਂ ਲੈਣਾ ਪੋਲੀਟਿਕਸ 'ਚੋਂ ਜਾਂ ਕੁਛ, ਪਰ ਇੱਥੋਂ ਪਤਾ ਲੱਗਦਾ ਵੀ ਨਹੀਂ ਪ੍ਰੋਗਰਾਮ ਜਿਹੜਾ ਆ ਪੂਰੇ ਦੇ ਪੂਰੇ ਪਰਿਵਾਰ ਉਹ ਸੁਣਦੇ ਆ। ਜੀ ਬਿਲਕੁਲ। ਅਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ ਜੀ, ਸਿਆਲ ਟੀਮ ਨੂੰ ਹੈਪੀ ਨਿਊ ਇਅਰ ਜੀ। ਥੈਂਕ ਯੂ ਜੀ, ਤੁਹਾਨੂੰ ਵੀ ਜੀ ਬਹੁਤ ਬਹੁਤ ਵਾਰਕਾਂ ਜੀ। ਬਹੁਤ ਵਧੀਆ ਰਹੇ ਜੀ, ਸਾਰਿਆਂ ਦੇ ਕਾਰੋਬਾਰ 'ਚ ਤਰੱਕੀ ਕਰੇ ਮਹਾਰਾਜ ਜੀ। ਥੈਂਕ ਯੂ ਜੀ, ਬਿਲਕੁਲ। ਵਧਾਈਆਂ ਜਿਹੜੀਆਂ ਲਗਾਤਾਰ ਜਿਹੜੀਆਂ ਆਪਣੇ ਚੱਲਦੀਆਂ ਰਹਿਣਗੀਆਂ, ਤੇ ਨਾਲ ਹੀ ਜਿੱਦਾਂ ਤੁਹਾਨੂੰ ਦੱਸਿਆ ਵੀ ਪ੍ਰੋਗਰਾਮ ਜਿਹੜਾ 12:30 ਵਜੇ ਆਉਣਾ ਹੈ ਉਸ ਦੇ ਵਿੱਚ ਵੀ ਕਾਲਸ ਲਈਆਂ ਜਾਣਗੀਆਂ, ਤੇ 4 ਵਜੇ ਵਾਲਾ ਜਿਹੜਾ ਪ੍ਰੋਗਰਾਮ ਉਸ ਦੇ ਵਿੱਚ ਵੀ ਕਾਲਸ ਲਈਆਂ ਜਾਣਗੀਆਂ। ਇੱਕ ਜਿਹੜੀ ਅਹਿਮ ਗੱਲ ਜਿਹੜੀ ਹਰਜੋਤ ਸਿੰਘ ਜੀ, ਜਿਹੜੀ ਟਰੱਕਾਂ ਵਾਲਿਆਂ ਦੀ ਹੈਗੀ ਆ ਜੀ, AB5 ਦੇ ਨਾਲ ਜਿਹੜੀ ਜੁੜੀ ਹੋਈ ਗੱਲ ਆ ਉਹ ਉਸ ਦੇ ਬਾਰੇ ਦੱਸਦੇ ਜਾਈਏ। ਇੱਕ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਕੱਲ ਜਿਹੜਾ ਮੰਗਲਵਾਰ ਆ ਇਸ AB5 ਲਾ ਜਿਹੜਾ ਕਿ ਇੰਡੀਪੈਂਡੈਂਟ ਟਰੱਕਰਸ ਨੂੰ ਇੰਪੈਕਟ ਕਰਨਾ ਸੀ ਉਸ ਦੇ ਉੱਤੇ ਜਿਹੜੇ ਆਰਜ਼ੀ ਤੌਰ ਦੇ ਉੱਤੇ ਬਲੌਕ ਲਾ ਦਿੱਤਾ ਆ, ਟੈਂਪਰੇਰੀ ਬਲੌਕ ਜਿਹੜਾ ਲਾਇਆ ਆ। ਇਹ ਦੱਸਦੇ ਜਾਈਏ ਪਰਮਾਨੈਂਟ ਇੰਜੰਕਸ਼ਨ ਨਹੀਂ ਹੈਗਾ ਇਸ ਦੇ ਉੱਤੇ, ਜਿਹੜੀ ਅਜੇ ਸੁਣਵਾਈ ਦੁਬਾਰੇ ਜਿਹੜੀ ਉਹ ਹੋਵੇਗੀ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਇੰਡੀਪੈਂਡੈਂਟ ਟਰੱਕਰਸ ਦੇ ਹੱਕ ਦੇ ਵਿੱਚ ਇਹ ਜਿਹੜਾ ਆ ਉਹ ਪਾਇਆ ਸੀਗਾ, ਕੇਸ ਪਾਇਆ ਸੀਗਾ ਦਸੰਬਰ ਦੀ, ਆਈ ਥਿੰਕ ਨਵੰਬਰ ਜਾਂ ਦਸੰਬਰ ਦੀ ਸ਼ੁਰੂਆਤ ਦੇ ਵਿੱਚ, ਵੀ ਇਹਨਾਂ ਨੂੰ ਜਿਹੜਾ ਇਸ ਦੇ ਵਿੱਚੋਂ ਬਾਹਰ ਕੀਤਾ ਜਾਵੇ, ਕਿਉਂਕਿ ਜਿਹੜੇ ਇੰਡੀਪੈਂਡੈਂਟ ਟਰੱਕਰਸ ਆ ਉਹਨਾਂ ਨੇ ਲੱਖਾਂ ਡਾਲਰ, ਡੇਢ ਲੱਖ ਡਾਲਰ ਲਾ ਕੇ ਕਲੀਨ ਟਰੱਕਸ ਜਿਹੜੇ ਉਹ ਲਾਏ ਨੇ, ਅਤੇ ਹੁਣ ਉਹਨਾਂ ਨੂੰ ਆਪਣਾ ਸਕੈਜੂਲ ਵੀ ਬਣਾਉਣ ਦੇ ਉੱਤੇ ਜਿਹੜੀ ਇੱਕ ਹਿਸਾਬ ਦੇ ਨਾਲ AB5 ਜਿਹੜਾ ਕਾਨੂੰਨ ਆ ਉਹ ਪਾਬੰਦੀ ਇੱਕ ਹਿਸਾਬ ਦੇ ਨਾਲ ਲਾ ਰਿਹਾ ਆ। ਸੋ US ਡਿਸਟ੍ਰਿਕਟ ਜੱਜ ਰੋਜਰ ਬੈਨਿਟ ਜਿਹੜੇ ਸੈਨਡੀਏਗੋ 'ਤੇ ਨੇ, ਉਹਨਾਂ ਨੇ ਜਿਹੜਾ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਇਸ ਜਿਹੜਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਜਿਸ ਦੀ ਮੰਗ ਕੀਤੀ ਸੀ ਉਹ ਲਾ ਦਿੱਤਾ ਆ, ਅਤੇ ਉਹਨਾਂ ਨੇ ਅਜੇ ਇਸ ਦੇ ਉੱਤੇ ਵਿਚਾਰ ਕਰਨਾ ਹੈ ਵੀ ਇਸ ਦੇ ਉੱਤੇ ਪਰਮਾਨੈਂਟ ਇੰਜੰਕਸ਼ਨ ਜਿਹੜਾ ਆ ਉਹ ਲਾਇਆ ਜਾਵੇ ਜਾਂ ਨਾ ਲਾਇਆ ਜਾਵੇ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ AB5 ਲਾ ਕੁਛ ਮਹੀਨੇ ਪਹਿਲਾਂ ਜਿਹੜਾ ਆ ਹਾਊਸ ਦੇ ਵਿੱਚ, ਸੈਨੇਟ ਦੇ ਵਿੱਚ ਦੇ ਗਵਰਨਰ ਦੇ ਸਾਈਨ ਹੋ ਚੁੱਕੇ, ਪਾਸ ਹੋ ਚੁੱਕਿਆ, ਜਿਸ ਬਿੱਲ ਬਣ ਗਿਆ ਸੀ ਜਾਣਾ, ਬਿਲਕੁਲ ਲਾ ਬਣ ਗਿਆ ਸੀ ਜੀ। ਸੋ ਜਿਹੜਾ ਕਿ ਇੰਡੀਪੈਂਡੈਂਟ ਕੰਟਰੈਕਟਰਸ ਅਤੇ ਇੰਪਲੋਈਜ਼ ਦੇ ਵਿੱਚ ਜਿਹੜੇ ਇੱਕ ਹਿਸਾਬ ਦੇ ਨਾਲ ਡਿਫਰੈਂਸ਼ੀਏਟ ਜਿਹੜਾ ਉਹ ਕਰਦਾ ਸੀਗਾ ਵੀ ਕਈ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਇੱਕੋ ਹੀ ਇੱਕ ਦੇ ਨਾਲ ਕੰਮ ਕਰਦੇ ਉਹਨਾਂ ਨੂੰ ਐਜ਼ ਏ ਇੰਪਲੋਈ ਗਿਣਿਆ ਜਾਊਗਾ। ਸੋ ਅਜਿਹੀਆਂ ਕਈ ਚੀਜ਼ਾਂ ਉਸ ਦੇ ਵਿੱਚ ਉਹ ਸੀਗੀਆਂ। ਸੋ ਹਾਲ ਦੀ ਘੜੀ ਜਿਹੜਾ ਫੈਡਰਲ ਜੱਜ ਆ ਉਹਨਾਂ ਨੇ ਜਿਹੜੇ 70,000 ਇੰਡੀਪੈਂਡੈਂਟ ਟਰੱਕਰਸ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ AB5 ਲਾ ਦੇ ਉੱਤੇ ਜਿਹੜਾ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜਾ ਉਹ ਲਾਇਆ ਆ। ਅਗਲੀ ਜਿਹੜੀ ਆ ਫੈਸਲੇ ਜਿਹੜਾ ਜੀ ਆਉਣ ਤੱਕ। ਸੋ ਇਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਇਹੀ ਨਹੀਂ, ਇਸ ਤੋਂ ਇਲਾਵਾ ਜਿਹੜੇ ਫਰੀਲਾਂਸ ਜਰਨਲਿਸਟ ਫੋਟੋਗ੍ਰਾਫਰ ਸੀ ਉਹਨਾਂ ਨੇ ਵੀ ਜਿਹੜੀ ਇਸੇ ਤਰੀਕੇ ਦੀ ਜਿਹੜੀ ਉਹ ਮੰਗ ਕੀਤੀ ਸੀ, ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਉਹ ਰੋਕਿਆ ਜਾਂਦਾ ਤਾਂ ਫਿਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਆ। ਇੱਕ ਹਿਸਾਬ ਦੇ ਨਾਲ ਉਹਨਾਂ ਦਾ ਕਹਿਣਾ ਸੀਗਾ ਵੀ ਇਹ ਗੈਰ ਸੰਵਿਧਾਨਿਕ ਆ ਅਤੇ ਫਰੀ ਸਪੀਚ ਅਤੇ ਮੀਡੀਆ ਦੇ ਖਿਲਾਫ ਜਿਹੜੀ ਇਹ ਗੱਲ ਜਾਂਦੀ ਹੈਗੀ। ਸੋ ਬਿਲਕੁਲ, ਆਪਾਂ ਜਦੋਂ ਸਾਡੇ ਟਰੱਕਿੰਗ ਦਾ ਪ੍ਰੋਗਰਾਮ ਅਸੀਂ ਕਹਿੰਦੇ ਰਹੇ ਭਾਈ ਵੇਟ ਕਰੋ 1 ਜਨਵਰੀ ਤਾਈਂ ਵੇਟ ਕਰੋ, ਬਹੁਤ ਸਾਰੇ ਲੋਕ ਜਿਹੜੇ ਧੜਾ ਧੜ ਕਾਰਪੋਰੇਸ਼ਨਾਂ ਬਣਾਉਂਦੇ ਰਹੇ ਅਤੇ ਹਜੇ ਕੋਈ ਪਰਮਾਨੈਂਟ ਨਹੀਂ ਹੋਇਆ ਪਰ ਉਹਦੇ ਉੱਤੇ ਟੈਂਪਰੇਰੀ ਜਿਹੜਾ ਰੀਸਟ੍ਰੇਨਿੰਗ ਆਰਡਰ ਲਾਇਆ ਗਿਆ ਹੈਗਾ। ਸੋ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ ਸਾਡੇ ਨਾਲ ਫੇਸਬੁੱਕ 'ਤੇ, ਸਾਡੇ ਹੋਰ ਜਿਹੜੇ ਸਰੋਤੇ ਜੁੜੇ ਹੋਏ ਆ, ਮਨਵੀਰ ਸਿੰਘ ਭੁੱਲਰ ਜੀ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ, ਸਤਨਾਮ ਸਿੰਘ ਪੱਡਾ, ਗੁਰਮੀਤ ਸਿੰਘ ਭੱਟੀ, ਇਸੇ ਤਰ੍ਹਾਂ ਹਰਜੀਤ ਸਿੰਘ, ਸੁਖਵਿੰਦਰ ਸਿੰਘ, ਮਨਵੀਰ ਸਿੰਘ ਭੁੱਲਰ, ਸਾਰੇ ਰੇਸ਼ਮ ਸਿੰਘ ਉੱਪਲ, ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅਗਲੇ ਕਾਲਰ ਜਿਹੜੇ ਜੀ ਸਾਡੇ ਨਾਲ ਜੁੜੇ ਨੇ, ਬਖਤਾਵਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਨਵੇਂ ਸਾਲ ਜੀ ਸਰ, ਬਹੁਤ ਬਹੁਤ ਮੁਬਾਰਕਾਂ ਸਰ। ਪੰਜਾਬ ਬਹੁਤ ਬਹੁਤ ਮਾਣ ਤੁਹਾਡੀਆਂ ਚਾਹੀਦੀਆਂ ਕਲਾ ਕਰੇ ਸਾਰੇ ਸੰਸਾਰ ਤੇ ਸੁਣਨ ਵਾਲੇ ਸਭ ਸਰੋਤਿਆਂ ਦੀ। ਮਹਾਰਾਜ ਨਵਾਂ ਸਾਲ ਖੁਸ਼ੀਆਂ ਭਰਾ ਲੈ ਕੇ ਆਵੇ, ਸਭ ਦੀ ਚੜ੍ਹਦੀਆਂ ਕਲਾ ਕਰੇ ਸਤਿਗੁਰ। ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਜੀ ਸਰ ਜੀ, ਆਪਾਂ ਇੰਡੀਆ ਜਾਣਾ, ਇੰਡੀਆ ਜਾ ਕੇ ਰੇਡੀਓ ਕਿੱਦਾਂ ਚੱਲ ਸਕਦਾ? ਉੱਥੇ ਤੁਸੀਂ ਆਪਣੀ ਜੇ ਸਮਾਰਟਫੋਨ ਉੱਥੇ ਹੁੰਦਾ ਹੀ ਅੱਜ ਕੱਲ੍ਹ ਸਾਰਿਆਂ ਦੇ ਕੋਲ, ਉਹਦੇ ਵਿੱਚ ਤੁਸੀਂ ਐਪ ਡਾਊਨਲੋਡ ਕਰ ਲਓ ਪੰਜਾਬੀ ਰੇਡੀਓ USA ਸਰਚ ਕਰਕੇ, ਅਤੇ ਜਾਂ ਤੁਸੀਂ ਸਾਡੀ ਵੈਬਸਾਈਟ ਪੰਜਾਬੀ ਰੇਡੀਓ USA.com ਦੇ ਉੱਤੇ ਜਾ ਕੇ ਉੱਥੇ ਸੁਣ ਸਕਦੇ ਆ।
ਨੰਬਰ ਲਿਖਾ ਦਿਓ, ਹੋਲਡ ਤੇ ਰਹੋ ਤੇ ਤੁਹਾਨੂੰ ਫਿਰ ਦੱਸ ਦਾਂਗੇ ਜਦੋਂ ਰੇਡੀਓ ਸਾਡੇ ਕੋਲ ਆ ਜਾਣੇ। ਥੈਂਕ ਯੂ ਜੀ। ਨੰਬਰ ਹੋਲਡ ਤੇ ਰਹੋ, ਹੋਲਡ ਤੇ ਰਹੋ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਬਲਬੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਫੀਨਿਕਸ ਤੋਂ ਬੋਲਦੀ ਬਲਵੀਰ ਜੀ। ਸਤਿ ਬਹੁਤ ਬਹੁਤ ਬਣਾਈਆਂ ਸਾਰਿਆਂ ਨੂੰ, ਰੇਡੀਓ ਦਾ ਪ੍ਰੋਗਰਾਮ ਦੇਣ ਵਾਲਿਆਂ ਨੂੰ ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਬੜੀ ਸਦਰਾਂ ਨਾਲ ਸੁਣੀਦਾ, ਹਰ ਪਰਿਵਾਰ ਤੁਹਾਡੇ ਰਾਜੀ ਰਹਿਣ ਤੇ ਖੁਸ਼ੀ ਭਰਿਆ ਆਵੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੁਹਾਡੇ ਪਰਿਵਾਰ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਹਾਂਜੀ ਹਾਂਜੀ, ਬਹੁਤ ਬਹੁਤ ਬਧਾਈਆਂ, ਕਾਕਾ ਸਾਹਿਬ ਨੂੰ ਖੁਸ਼ੀਆਂ ਭਰਿਆ ਆਵੇ ਸਾਰੇ ਹੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਸਪਾਲ ਵਿਰਕ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ ਦੀ ਪੂਰੀ ਟੀਮ ਨੂੰ ਤੇ ਪੂਰੇ ਸੰਸਾਰ ਭਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ, ਤੁਹਾਨੂੰ ਵੀ ਬਹੁਤ ਬਹੁਤ। ਇਸੇ ਤਰ੍ਹਾਂ ਅਮਰਿੰਦਰ ਸਿੰਘ ਜੀ, ਸਵੇਰ ਦਾ ਗੁਰਬਾਣੀ ਵਿਚਾਰ ਦਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਬਹੁਤ ਆਨੰਦ ਆਉਂਦਾ, ਤੇ ਖਾਸ ਕਰਕੇ ਪਾਣੀ ਵਿੱਚ ਮਧਾਣੀ ਪ੍ਰੋਗਰਾਮ ਬਹੁਤ ਵਧੀਆ ਜੀ, ਬਹੁਤ ਸਾਰੀ ਟੀਮ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਗੁਰਦੀਪ ਭੱਟੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੇ ਬਹੁਤ ਬਹੁਤ ਸੁਣਨ ਵਾਲਿਆਂ ਸਾਰਿਆਂ ਨੂੰ, ਸਾਰੀ ਦੁਨੀਆਂ ਨੂੰ, ਤੁਹਾਨੂੰ ਸਾਰੇ ਸਟਾਫ ਨੂੰ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ ਜੀ, ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ, ਪਰਮਾਤਮਾ ਤੁਹਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਦੇਵੇ, ਤੁਸੀਂ ਇੱਥੇ ਸੇਵਾ ਕਰੀ ਜਾਓ ਜੀ, ਤੁਸੀਂ ਸੇਵਾ ਕਰਦੇ ਜੀ। ਧੰਨਵਾਦ ਜੀ। ਇੱਕ ਪ੍ਰੋਗਰਾਮ ਨੀ, ਸਾਰੇ ਹੀ ਪ੍ਰੋਗਰਾਮ ਤੁਹਾਡੇ ਇੱਕ ਤੋਂ ਇੱਕ ਚੜ੍ਹਦੀ ਕਲਾ ਚ ਸਾਡੀ ਸਾਰੇ ਸੇਵਾ ਹੁੰਦੀ, ਜਾਂ ਤੁਸੀਂ ਮਰਜ਼ੀ ਕਰਕੇ ਦੇਖ ਲਓ ਜੀ। ਸਾਰਿਆਂ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਥੈਂਕ ਯੂ ਜੀ, ਮਿਹਰ ਕਰੇ, ਦਇਆ ਕਰੇ, ਦੁਨੀਆਂ ਉੱਤੇ ਸੁੱਖ ਸ਼ਾਂਤੀ ਪਤਾਵੇ ਜੀ। ਧੰਨਵਾਦ ਜੀ, ਸਤਿ ਪੂਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਬਲਬੀਰ ਕੌਰ ਤਖਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਵਧਾਈਆਂ ਜੀ ਬਹੁਤ ਬਹੁਤ ਜੀ। ਹਾਂਜੀ ਹਾਂਜੀ, ਸਾਨੂੰ ਨਵੇਂ ਸਾਲ ਦੀਆਂ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ। ਥੈਂਕ ਯੂ ਜੀ, ਧੰਨਵਾਦ ਜੀ। ਬਿਲਕੁਲ, ਹੁਣ ਸਾਡਾ ਜਿਹੜਾ ਸਮਾਂ ਆ ਰਾਜਕਰਨਵੀਰ ਸਿੰਘ ਜੀ ਜੀ, ਸਮਾਪਤ ਕੋਈ ਨਹੀਂ, ਆਪਾਂ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਵੱਖ ਵੱਖ ਜਿਹੜੀਆਂ ਹੋਰ ਚਰਚਾਵਾਂ ਜਿਹੜੀਆਂ ਇੱਦਾਂ ਹੀ ਜਾਰੀ ਰੱਖਾਂਗੇ, ਗੱਲਬਾਤ ਆਪਾਂ ਕਰਦੇ ਰਹਾਂਗੇ। 12:30 ਵੀ ਜਿਹੜਾ ਆਪਣਾ ਲਾਈਵ ਇਨ ਕਾਲ ਇਨ ਜਿਹੜਾ ਪ੍ਰੋਗਰਾਮ ਹੋਵੇਗਾ, ਲਾਈਵ ਕਾਲ ਇਨ, ਅਤੇ 4 ਵਾਲਾ ਵੀ ਜਿਹੜਾ ਹੋਵੇਗਾ, ਉਸ ਟਾਈਮ ਵੀ ਉਦੋਂ ਤੁਸੀਂ ਕਾਲ ਜਿਹੜੇ ਉਹ ਕਰ ਸਕੋਗੇ, ਅਤੇ ਇਸੇ ਦੇ ਨਾਲ ਹੀ ਜਿਹੜਾ ਆਪਣਾ ਇਸ ਤੋਂ ਬਿਲਕੁਲ ਆਪਾਂ ਜਾਂਦੇ ਜਾਂਦੇ ਇਹ ਜ਼ਰੂਰ ਕਹਿਣਾ ਵੀ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਹੈਗੇ ਹਾਂ, ਉਹਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਕਰਨੀ ਆ। ਆਪਾਂ ਦੇਖੋ ਕਿੰਨੇ ਸਵੇਰ ਦੇ ਕਿੰਨੇ ਜਾਣੇ ਵਧਾਈਆਂ ਦੇ ਰਹੇ, ਆਪਾਂ ਰਾਤੀ ਵੀ ਗੁਰੂ ਘਰ ਗਏ ਸੀ, ਹਜ਼ਾਰਾਂ ਦੀ ਗਿਣਤੀ 'ਚ ਵੱਖ ਵੱਖ ਗੁਰੂ ਘਰਾਂ 'ਚ ਸੰਗਤਾਂ ਪਹੁੰਚੀਆਂ, ਉਹਨਾਂ ਫੌਜੀਆਂ ਦੀ ਵੀ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਕਰਨੀ ਆ। ਆਪਾਂ ਤੁਹਾਨੂੰ ਸਵੇਰੇ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ 4,000 ਦੇ ਕਰੀਬ ਜਿਹੜੇ ਮਰੀਨ ਆ ਉਹਨਾਂ ਨੂੰ ਇੱਕਦਮ ਆਰਡਰ ਹੋ ਗਿਆ ਵੀ ਤੁਹਾਨੂੰ ਜਿਹੜਾ ਆ ਇਰਾਕ ਦੇ ਵਿੱਚ ਜਾਣਾ ਪੈਣਾ ਹੈਗਾ। ਸੋ ਦੇਖੋ ਉਹਨਾਂ ਨੂੰ ਨਵੇਂ ਸਾਲ ਦਾ ਨਹੀਂ ਕੋਈ ਲੈਣਾ ਦੇਣਾ, ਅਤੇ ਉਹ ਜਿਹੜੇ ਆਪਣੇ ਮੁਲਕ ਨੂੰ ਪ੍ਰੋਟੈਕਟ ਕਰ ਰਹੇ ਆ ਉਹਨਾਂ ਦੀ ਵੀ ਆਪਾਂ ਜਿਹੜੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਆ, ਅਤੇ ਜਿੱਥੇ ਆਪਾਂ ਰਹਿੰਦੇ ਹਾਂ ਉਸ ਮੁਲਕ ਦੀ ਵੀ ਜਿਹੜੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਆ। ਪਿਛਲੇ ਸਾਲ ਦੇ ਵਿੱਚ USA ਦੇ ਵਿੱਚ ਬਹੁਤ ਕੁਝ ਚੰਗਾ ਵਾਪਰਿਆ, ਅਤੇ ਮਾੜੀਆਂ ਖਬਰਾਂ ਵੀ ਬਥੇਰੀਆਂ ਹੁੰਦੀਆਂ ਆ, ਕ੍ਰਿਟੀਕਲ ਬਥੇਰੀਆਂ ਹੁੰਦੀਆਂ ਆ, ਪਰ ਆਪਾਂ ਦੇਖਿਆ ਕਿੰਨੇ ਜਿਹੜਾ USMCA ਹੋਇਆ ਹੈਗਾ, ਉਹਦੇ ਵਿੱਚ ਕੈਨੇਡਾ ਨੂੰ, ਮੈਕਸੀਕੋ ਨੂੰ, USA ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਹੈਗਾ ਆ। ਇਕੋਨਮੀ ਬੜੀ ਸਟਰੋਂਗ ਚੱਲ ਰਹੀ USA ਦੀ, US-Japan ਡੀਲ ਹੋ ਚੁੱਕੀ ਹੈਗੀ ਆ। ਸੋ ਡਾਓ ਜੋਨ ਜਿਹੜਾ ਆ ਕਹਿੰਦੇ ਵੀ ਬਹੁਤ ਰੈਕਡ ਹਾਈ ਹੋਇਆ ਹੈਗਾ ਆ। ਸੋ US ਜਿਹੜਾ ਆ ਉਹ ਸੀਰੀਆ ਤੋਂ ਬਾਹਰ ਨਿਕਲ ਗਿਆ ਆ, ਕਿਉਂਕਿ ਕਿੰਨੇ ਫੌਜੀ ਉੱਥੇ ਆਪਣੇ ਆਲਰੇਡੀ ਸ਼ਹੀਦ ਹੋਏ ਹੈਗੇ ਆ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਦਿਆਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਜੀ ਸਭ ਸੁਣਨਾ ਜੀ, ਹੁਣ ਵਧਾਈਆਂ ਦੇ ਦਿੱਤੀਆਂ ਤੁਹਾਨੂੰ, ਬਹੁਤ ਬਹੁਤ ਦੁਬਾਰਾ ਵਧਾਈਆਂ, ਸਭ ਸੁਣਨਾ ਜੀ ਜੀ ਜੀ। ਅਗਲੇ ਕਾਲਰ ਨੇ ਬਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਆਪਣਾ ਹਰਜੋਤ ਸਿੰਘ ਜੀ, ਵਧਾਈਆਂ ਨਵੇਂ ਸਾਲ ਦੀਆਂ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਕੁਲਦੀਪ ਸਿੰਘ ਬਾਜਵਾ ਜੀ, ਗਲਤ ਲਿਖੋ ਗਿਆ ਸੀ, ਸੋਰੀ ਨਾਮ। ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ ਜੀ। ਹਾਂਜੀ, ਥੈਂਕ ਯੂ ਜੀ, ਤੇ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਜੀ। ਪੰਜਾਬੀ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਜੀ। ਧੰਨਵਾਦ, ਧੰਨਵਾਦ ਜੀ, ਥੈਂਕ ਯੂ ਜੀ ਜੀ। ਤੇ ਅਗਲੇ ਕਾਲਰ ਨੇ ਸ਼ਮਸ਼ਾਦ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ,
ਹਾਂਜੀ, ਮੈਂ ਸਾਜਦਾ ਸ਼ਮਸ਼ਾਦ ਬੋਲ ਰਹੀ ਕੈਲੀਫੋਰਨੀਆ ਸੈਕਰਾਮੈਂਟੋ ਤੋਂ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਨਵੇਂ ਸਾਲ ਦੀਆਂ ਜੀ ਮੁਬਾਰਕਾਂ ਹੋਣ ਤੁਹਾਨੂੰ, ਤੁਹਾਨੂੰ ਕਰਤਾਰਪੁਰ ਦਾ ਬਾਰਡਰ ਖੋਲ ਦਿੱਤਾ, ਉਹਦੀਆਂ ਵੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ। ਸਾਡਾ ਰੇਡੀਓ ਪ੍ਰੋਗਰਾਮ ਮੈਂ ਕਾਰ ਦੇ ਵਿੱਚ ਬੜੇ ਸ਼ੌਕ ਨਾਲ ਸੁਣਦੀ ਆ, ਤੇ ਡਾਊਨਲੋਡ ਕੀਤਾ ਆਪਣੇ ਟੈਲੀਫੋਨ ਤੇ ਵੀ ਬਹੁਤ ਸ਼ੌਕ ਨਾਲ ਮੈਂ ਤੁਹਾਡਾ ਪ੍ਰੋਗਰਾਮ, ਬਹੁਤ ਅੱਛਾ, ਬਹੁਤ ਮੈਂ ਤੁਹਾਨੂੰ ਵਧਾਈਆਂ ਇਸ ਕਰਕੇ ਦਿੰਨੀ ਆ ਕਿ ਤੁਹਾਡਾ ਜਿਹੜਾ ਬਾਰਡਰ ਆ ਸਾਡੇ ਇਮਰਾਨ ਖਾਨ ਨੇ ਖੋਲ ਦਿੱਤਾ, ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਓਕੇ ਜੀ, ਓਕੇ ਜੀ, ਸਤਿ ਸ੍ਰੀ ਅਕਾਲ ਜੀ। ਬਿਲਕੁਲ, ਇਮਰਾਨ ਖਾਨ ਵੀ ਹੁਣ ਸਿੱਖਣ ਦਾ ਹੀ ਹੋ ਗਿਆ ਜੀ। ਜੀ ਬਿਲਕੁਲ, ਤੁਹਾਡਾ ਸਾਡਾ ਸਾਰਿਆਂ ਦਾ ਹੀ ਹੈ ਜੀ ਉਹ ਹੁਣ, ਬਿਲਕੁਲ, ਜਿਹਨੇ ਏਡਾ ਕੰਮ ਜਿਹੜਾ ਕਾਰਜ ਆ ਉਹ ਕੀਤਾ ਹੈ। ਸੋ 2019 ਦੀ ਸਿੱਖ ਕੌਮ ਦੇ ਲਈ ਸਭ ਤੋਂ ਵੱਡੀ ਜਿਹੜੀ ਹਾਈਲਾਈਟ ਆ ਉਹ ਇਹੀ ਸੀਗੀ, ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਆ ਉਹ ਜਿਹੜਾ ਉਹ ਖੁੱਲ੍ਹਿਆ, ਅਤੇ ਲੋਕਾਂ ਨੂੰ ਦਰਸ਼ਨ ਦਿਦਾਰੇ ਜਿਹੜੇ ਆ ਉਸ ਪਵਿੱਤਰ ਸਥਾਨ ਦੇ ਜਿਹੜੇ ਉਹ ਹੋਏ ਨੇ। ਅਤੇ ਹੁਣ ਅੱਜ ਦਾ ਸਮਾਂ ਜਿਹੜਾ ਇਹ ਹੁਣ ਇੱਥੇ ਪ੍ਰੋਗਰਾਮ ਉਹ ਸਮਾਪਤ ਹੈ, ਅਤੇ ਮਿਲਾਂਗੇ ਜੀ ਤੁਹਾਨੂੰ ਸਾਰਿਆਂ ਨੂੰ ਫਿਰ ਜਿਹੜੇ ਜੀ ਅਗਲੇ ਪ੍ਰੋਗਰਾਮਾਂ ਦੇ ਵਿੱਚ। ਉਦੋਂ ਤੱਕ ਲਈ ਸਾਡੇ ਦੋਨੋਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA ਤੇ। ਕਰੀ ਫਿਰ ਸਭ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਜਿਹੜੀਆਂ ਮੁਬਾਰਕਾਂ, ਰੱਬ ਰੱਖਾ। ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ।